ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਐਨ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮੈਰੀਕਾ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਐਨ ਨੂੰ, ਪੰਜਾਬੀ ਰੇਡੀਓ ਯੂ ਐਸ ਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ, AM ਸਟੇਸ਼ਨ 1450 AM, ਯੂਬਰ ਸਿਟੀ 1470 AM, ਸੈਕਰਾਮੈਂਟੋ 96.5 FM, ਯੂਬਰ ਸਿਟੀ 1300 AM, ਫਰਿਜ਼ਨੋ 104.5 FM, ਫਰਿਜ਼ਨੋ 1350 AM, ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਤੁਸੀਂ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟੋਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9798 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਭਈ ਅਮੈਰੀਕਾ ਜਿਹੜਾ ਆ ਉਹ ਆਲਰੇਡੀ ਰਿਸੈਸ਼ਨ ਵੱਲ ਵੱਧ ਰਿਹਾ ਆ, ਅਤੇ ਰਿਸੈਸ਼ਨ ਕੰਸਰਨ ਕਰਕੇ ਅੱਜ ਜਿਹੜੀ ਯੂ ਐਸ ਦੇ ਵਿੱਚ ਸਟੋਕ ਮਾਰਕੀਟ ਆ ਲਗਭਗ 600 ਪੁਆਇੰਟ ਜਿਹੜੀ ਆ ਉਹ ਡਾਊਨ ਗਈ ਹੈਗੀ ਆ ਜੀ। ਬਿਲਕੁਲ, ਅਜੇ ਤਾਂ ਉੱਥੇ ਟਾਈਮ ਹੈਗਾ ਆ, ਸੋ ਅਜੇ ਸ਼ਾਮ ਦੇ 4 ਵਜੇ ਤੱਕ ਉੱਥੇ ਦੇ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਜਿਹੜਾ ਉੱਥੇ ਚੱਲਣੀ ਆ ਮਾਰਕੀਟ। ਪਰ ਕਹਿੰਦੇ ਆ ਵੀ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਬੌਂਡ ਮਾਰਕੀਟ ਹੈਗੀ ਆ ਉਸ ਨੇ ਜਿਹੜਾ ਇਸ਼ਾਰਾ ਕੀਤਾ ਹੈ ਵੀ ਰਿਸੈਸ਼ਨ ਵੱਲ ਨੂੰ ਆਪਾਂ ਵੱਧ ਰਹੇ ਹਾਂ, ਇਸ ਕਰਕੇ ਬਹੁਤ ਵੱਡੇ ਵੱਡੇ ਨਾਮ ਅਤੇ ਆਲਮੋਸਟ ਸਾਰੇ ਪਾਸੇ ਜਿਹੜਾ ਕੋਹਰਾਮ ਕਹਿ ਲਓ ਵੀ ਉਸ ਪਾਸੇ ਮਚਿਆ, ਭੱਜ ਦੜ ਜਿਹੜੀ ਪੂਰੀ ਮਚੀ ਆ। ਸਿਟੀ ਬੈਂਕ ਅਤੇ ਸਿਟੀ ਗਰੁੱਪ ਦਾ ਜਿਹੜਾ ਆ ਉਹ ਸ਼ੇਅਰ 5% ਟੈਂਕ ਕਰ ਗਿਆ, ਥੱਲੇ ਚਲਾ ਗਿਆ। ਇੰਨੇ ਕੀ ਪਰਸੈਂਟ ਤਕਰੀਬਨ ਜਿਹੜਾ ਤੇਲ ਦੀਆਂ ਕੀਮਤਾਂ ਆ ਉਸ ਦੇ ਵਿੱਚ ਜਿਹੜੀ ਆ ਉਹ ਕਟੌਤੀ ਜਿਹੜੀ ਉਹ ਦੇਖੀ ਗਈ ਹੈ, ਘਾਟਾ ਦੇਖਿਆ ਗਿਆ ਆ। ਅਤੇ ਇਹੀ ਨਹੀਂ, ਜਿਹੜੇ ਬੌਂਡ ਦੇ ਜਿਹੜਾ ਹੈਗਾ ਆ ਯੀਲਡ, 10 ਈਅਰ ਬੌਂਡ ਯੀਲਡ ਆ ਉਹ ਵੀ, ਅਤੇ ਜਿਹੜੇ 2 ਈਅਰ ਬੌਂਡ ਯੀਲਡ ਆ ਉਹ ਵੀ ਜਿਹੜੇ ਕਾਫੀ ਥੱਲੇ ਨੂੰ ਜਿਹੜੀ ਗਈ ਹੈ, 5% 10 ਈਅਰ ਜਿਹੜਾ ਉਹ ਥੱਲੇ ਜਿਹੜਾ ਉਹ ਚਲਾ ਗਿਆ ਆ। ਸੋ ਲਗਾਤਾਰ ਓਵਰਆਲ ਜਿਹੜਾ ਕਿਤੇ ਨਾ ਕਿਤੇ ਇਹ ਰਿਸੈਸ਼ਨ ਵੱਲ ਦੀਆਂ ਹਰਕਤਾਂ ਸੀਗੀਆਂ। ਕੱਲ੍ਹ ਜਿਹੜਾ ਪਹਿਲੋਂ ਜਦੋਂ ਟ੍ਰੇਡ ਵਾਰ ਦੇ ਵਿੱਚ ਥੋੜ੍ਹੀ ਜਿਹੀ ਨਰਮੀ ਦੇਖਣ ਨੂੰ ਮਿਲੀ ਤਾਂ ਸਟਾਕ ਮਾਰਕੀਟ 300-400 ਪੁਆਇੰਟ ਜਿਹੜੀ ਉਹ ਉੱਤੇ ਗਈ ਸੀਗੀ, 450-400 ਪੁਆਇੰਟ ਜਿਹੜੀ ਉੱਤੇ ਗਈ ਸੀ। ਉਸ ਤੋਂ ਪਹਿਲਾਂ ਲਗਾਤਾਰ ਥੱਲੇ ਜਾ ਰਹੀ ਸੀ, ਉੱਤੇ ਜਾ ਰਹੀ ਸੀ। ਸੋ ਅੱਜ ਜਿਹੜਾ ਕਾਫੀ ਵੱਡਾ ਜਿਹੜਾ ਆ ਉਹ ਥੱਲੇ ਨੂੰ ਜਿਹੜੀ ਛਲਾਂਗ ਆ ਉਹ ਇਸ ਦੀ ਜਿਹੜੀ ਪੁੱਠੀ ਛਾਲ ਜਿਹੜੀ ਆ ਕਹਿ ਲਓ ਵੀ ਉਹ ਚੱਲੀ ਆ। ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਰਿਸੈਸ਼ਨ ਵਾਲਾ ਹੋ ਸਕਦਾ ਹੈ। 10 ਵਰ੍ਹੇ ਤੋਂ ਵੱਧ ਹੋ ਗਿਆ ਵਕਤ ਜਦੋਂ ਪਿਛਲੀ ਵਾਰ ਰਿਸੈਸ਼ਨ ਜਿਹੜਾ ਆ ਉਹ ਆਇਆ ਸੀ। ਇੰਟਰਸਟ ਰੇਟ ਆਪਾਂ ਦੇਖਿਆ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਜਿਹੜੇ ਮੌਰਗੇਜ ਦੇ ਆ ਓਵਰਆਲ ਇੰਟਰਸਟ ਰੇਟ ਆ ਉਹ ਜਿਹੜੇ 25.25 ਜਿਹੜੇ ਆ ਉਹ ਇੱਕ ਦੇ ਪਿੱਛੇ ਜਿਹੜੇ ਉਹਨਾਂ ਨੇ ਘਟਾਏ ਸੀਗੇ ਫੈਡਰਲ ਨੇ, ਅਤੇ ਉਸ ਦਾ ਜਿਹੜਾ ਅਸਰ ਬਾਕੀ ਮੌਰਗੇਜ ਦੇ ਉੱਤੇ ਵੀ ਜਿਹੜਾ ਉਹ ਪਿਆ ਸੀ, ਸਾਰੇ ਪਾਸੇ ਇੰਟਰਸਟ ਰੇਟ ਘਟੇ ਸੀਗੇ। ਸੋ ਹੁਣ ਪਰ ਨਾਲ ਦੇ ਨਾਲ ਇਸ਼ਾਰਾ ਜਿਹੜਾ ਰਿਸੈਸ਼ਨ ਵੱਲ ਦਾ ਜਿਹੜਾ ਉਹ ਆ ਰਿਹਾ ਆ। ਸੋ ਸਾਰੇ ਜਣੇ ਆਪੋ ਆਪਣੀਆਂ ਜਿਨ੍ਹਾਂ ਦੀਆਂ ਸੇਵਿੰਗਸ ਹੈਗੀਆਂ ਉਹਨਾਂ ਨੂੰ ਭਾਈ ਸਾਂਭ ਕੇ ਰੱਖੋ, ਆਉਣ ਵਾਲੇ ਸਮੇਂ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ। ਸਭ ਨੂੰ ਪਤਾ ਆ ਵੀ ਉਦੋਂ ਹਜ਼ਾਰਾਂ ਦੀ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਉਹ ਨੌਕਰੀਆਂ ਜਿਹੜੀਆਂ ਉਹਨਾਂ ਦੀਆਂ ਚਲੀਆਂ ਗਈਆਂ ਸੀਗੀਆਂ, ਪਿੰਕ ਸਲਿੱਪਾਂ ਜਿਹੜੀਆਂ ਉਹ ਅਚਨਚੇਤੇ ਮਿਲ ਗਈਆਂ ਸੀਗੀਆਂ। ਜਿਹੜੇ ਲੋਕ ਕਈ ਦਹਾਕਿਆਂ ਤੋਂ ਵੀ ਇੱਕ ਇੱਕ ਕੰਪਨੀ 'ਚ ਕੰਮ ਕਰਦੇ ਆ ਰਹੇ ਸੀ ਉਹ ਪਹਿਲੋਂ ਜਿਹੜੇ ਉਹਨਾਂ ਨੇ ਉਦੋਂ ਤੋੜ ਦਿੱਤੇ ਸੀਗੇ। ਸੋ ਇਹ ਪੈਨਿਕ ਹੁੰਦਾ ਆ, ਗੱਲ ਇਹ ਆ ਵੀ ਜਦੋਂ ਇੱਕ ਮਾਰਕੀਟ ਦੇ ਵਿੱਚ ਇੱਕ ਪਾਸੇ ਪੈਨਿਕ ਫੈਲਦਾ ਆ ਅਤੇ ਉਹ ਫਿਰ ਜਿਹੜਾ ਜੰਗਲ ਦੀ ਅੱਗ ਵਾਂਗੂ ਜਿਹੜਾ ਆ ਚੌਂਸ਼ ਫੇਰੇ ਮਾਰਕੀਟ ਦੇ ਵਿੱਚ ਫੈਲ ਜਾਂਦਾ ਆ। ਸੋ ਇਹ ਜਿਹੜਾ ਜ਼ਰੂਰ ਆ ਹਰ ਇੱਕ ਨੂੰ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ। ਅਜੇ ਕੋਈ ਪੱਕਾ ਨਹੀਂ ਆ ਵੀ ਰਿਸੈਸ਼ਨ ਆ ਗਿਆ, ਪਰ ਇਸ਼ਾਰੇ ਜਿਹੜੇ ਆ
ਉਸ ਪਾਸੇ ਵੱਲ ਨੂੰ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੀ ਇੰਡਸਟਰੀ 'ਚ ਬਹੁਤ ਸਾਰੇ ਪੰਜਾਬੀ ਟਰੱਕਿੰਗ 'ਚ ਆ, ਟਰੱਕਿੰਗ ਦਾ ਬੁਰਾ ਹਾਲ ਚੱਲ ਰਿਹਾ, ਬਹੁਤ ਸਾਰੇ ਜਿਹੜੇ ਆ ਸਮਾਲ ਬਿਜ਼ਨਸ 'ਚ ਆ, ਗਰੋਸਰੀ ਸਟੋਰ, ਗੈਸ ਸਟੇਸ਼ਨ, ਇੱਦਾਂ ਦੇ ਉਹ ਰੀਟੇਲ ਇੰਡਸਟਰੀ ਜਿਹੜੀ ਆ ਉਹਦੇ ਬਹੁਤ ਵੱਡਾ ਅਸਰ ਪਿਆ ਪਿਛਲੇ ਕੁਝ ਕੁ ਸਾਲਾਂ 'ਚ ਬੜਬੜੀਆਂ ਕੰਪਨੀਆਂ ਐਮਾਜ਼ੋਨ, ਵਾਲਮਾਰਟ ਵੱਲੋਂ। ਅਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਜਿਹੜਾ ਟ੍ਰੇਡ ਆ ਇਹਦੇ ਨਾਲ ਚਾਈਨਾ 'ਤੇ ਕੋਈ ਅਸਰ ਨਹੀਂ ਪਊਗਾ, ਪਰ ਚਾਈਨਾ ਦੇ ਜਿਹੜੀ ਉੱਥੇ ਦਾ ਡਾਟਾ ਆ ਰਿਹਾ ਕਹਿੰਦੇ ਵੀ ਉਹਦਾ ਇੰਡਸਟਰੀਅਲ ਸੈਕਟਰ ਜਿਹੜਾ ਆ 17 ਸਾਲ ਬਾਅਦ ਇੰਨਾ ਲੋ ਗਿਆ ਹੈਗਾ। ਸੋ ਚਾਈਨਾ ਦੇ ਉੱਤੇ ਆਲਰੇਡੀ ਜਿਹੜਾ ਟੈਰਿਫ ਲੱਗਣ ਕਰਕੇ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਘੱਟ ਗਈ ਆ, ਉਹ 'ਤੇ ਅਸਰ ਪਿਆ, ਅਤੇ ਜਰਮਨ ਦੇ ਵਿੱਚ ਵੀ। ਸੋ ਓਵਰਆਲ ਵਰਲਡ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਇੱਕ ਅਮੈਰੀਕਾ ਇਹੋ ਜਿਹਾ ਮੁਲਕ ਸੀ ਅੱਜ ਦੀ ਡੇਟ 'ਚ ਜਿੱਥੇ ਬਹੁਤ ਸਟਰੋਂਗ ਇਕੋਨਮੀ ਚੱਲ ਰਹੀ ਸੀ। ਯੂਰਪ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ, ਆਪਣੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਉੱਥੇ ਵੀ ਦੇਖ ਲਓ, ਉੱਥੇ ਵੀ ਬੁਰਾ ਹਾਲ ਹੈਗਾ ਇਕੋਨਮੀ ਦਾ। ਸੋ ਇਹਦੇ ਉੱਤੇ ਆਲਰੇਡੀ ਅਸਰ ਪੈਣਾ ਸ਼ੁਰੂ ਹੋ ਗਿਆ। ਜੇ ਦੇਖਿਆ ਜਾਵੇ ਲੇਟੈਸਟ 636 ਪੁਆਇੰਟ ਜਿਹੜੀ ਆ ਮਾਰਕੀਟ ਰਾਈਟ ਨਾਓ ਡਾਊਨ ਚੱਲ ਰਹੀ ਹੈਗੀ ਅੱਜ ਜੀ। ਸੋ ਇਸ ਦੀ ਸਿਚੁਏਸ਼ਨ ਇਸ ਟਾਈਮ ਉਹ ਬਣੀ ਹੋਈ ਆ। ਸੋ ਹੋਪਫੁਲੀ ਇਹ ਵਨ ਆਫ ਦੋਜ਼ ਡੇਜ਼ ਹੋਵੇ ਸਟੋਕ ਮਾਰਕੀਟ ਥੱਲੇ ਜਾ ਕੇ ਬਾਅਦ 'ਚ ਜਿਹੜੀ ਉੱਤੇ ਆ ਜਾਵੇ, ਨਹੀਂ ਤਾਂ ਇਹ ਪੈਨਿਕ ਦੇ ਕਰਕੇ ਸਾਰਿਆਂ ਨੇ ਆਪੋ ਆਪਣੇ ਸ਼ੇਅਰ ਜਿਹੜੇ ਵੇਚਣੇ ਸ਼ੁਰੂ ਕਰ ਦੇਣੇ ਆ ਅਤੇ ਹੋਰ ਜ਼ਿਆਦਾ ਜਿਹੜੀ ਮਾਰਕੀਟ ਆ ਉਹ ਥੱਲੇ ਜਾਣੀ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਸ਼ੇਅਰ ਮਾਰਕੀਟ ਦੇ ਵਿੱਚ ਆਪਣੇ ਜਿਹੜੇ ਪੈਸੇ ਆ ਡਾਲਰ ਜਿਹੜੇ ਉਹ ਲਾਉਂਦੇ ਨੇ, ਅਤੇ ਪਰ ਹੁਣ ਜਿਹੜਾ ਇਸ ਦੇ ਕਰਕੇ ਜਿਹੜਾ ਕੁਛ ਵੀ ਜਿਹੜਾ ਹਰਜੋਤ ਸਿੰਘ ਜੀ ਹੋ ਸਕਦਾ ਆ। ਸੋ ਹਰ ਇੱਕ ਨੂੰ ਥੋੜ੍ਹਾ ਇਤਿਹਾਸ ਦੇ ਨਾਲ ਫੂਕ ਫੂਕ ਕੇ ਜਿਹਨੂੰ ਕਹਿੰਦੇ ਹੁੰਦੇ ਆ ਕਦਮ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈ। ਸੋ ਦੇਖੋ ਕਹਿੰਦੇ ਊਬਰ ਵਰਗੀ ਕੰਪਨੀ ਜਿਹੜੀ ਆ ਉਹ ਬਹੁਤ ਜ਼ਿਆਦਾ ਅੱਜ ਹਿੱਟ ਹੋਈ ਹੈਗੀ, ਉਹਨਾਂ ਦੇ ਸ਼ੇਅਰ ਬਹੁਤ ਡਾਊਨ ਗਏ ਆ। $5 billion ਦਾ ਉਹਨਾਂ ਨੂੰ ਸੈਕਿੰਡ ਕੁਆਟਰ ਦੇ ਵਿੱਚ ਜਿਹੜਾ ਲੋਸ ਹੋਇਆ, ਨੈੱਟ ਲੋਸ ਹੋਇਆ ਹੈਗਾ ਆ। ਸੋ ਆਲਮੋਸਟ ਕਹਿੰਦੇ $10 billion ਜਿਹੜੇ ਆ ਉਹਨਾਂ ਦੀ ਸ਼ੇਅਰ ਮਾਰਕੀਟ ਜਿਹੜੀ ਆ ਮਈ ਦੇ ਵਿੱਚ ਥੱਲੇ ਗਈ ਹੈਗੀ ਆ। ਪਰ ਇੱਕ ਪਾਸੇ ਇਹਨਾਂ ਨੇ ਪੂਰਾ ਟੈਕਸੀ ਬਿਜ਼ਨਸ ਇਕੱਲਾ USA ਨਹੀਂ ਪੂਰੇ ਵਰਲਡ ਦੇ ਵਿੱਚ ਮਾਰ ਦਿੱਤਾ, ਅਤੇ ਹੁਣ ਇਹਨਾਂ ਦੀ ਜਿਹੜੀ ਆ ਕਿਸੇ ਤਰ੍ਹਾਂ ਦਾ ਪ੍ਰੋਫਿਟ ਨਹੀਂ ਆ ਰਿਹਾ, ਪਰ ਬਹੁਤ ਡਾਊਨ ਗਏ ਹੈਗੇ ਇਹਨਾਂ ਦੇ ਵੀ ਸਟੋਕ ਜਿਹੜੇ ਹੈਗੇ ਜੀ। ਬਿਲਕੁਲ, ਇਹਨਾਂ ਨੇ ਜਦੋਂ IPO ਕੀਤਾ ਸੀ ਸੋਚਿਆ ਕੁਛ ਹੋਰ ਸੀਗਾ ਵੀ ਬਹੁਤ ਜ਼ਿਆਦਾ ਜਿਹੜਾ ਅਸੀਂ ਛਲਾਂਗ ਜਿਹੜੀ ਮਾਰਾਂਗੇ, ਪਰ ਲੋਕਾਂ ਦਾ ਬਹੁਤਾ ਵਿਸ਼ਵਾਸ ਜਿਹੜਾ ਆ ਉਹ ਨਹੀਂ ਰਿਹਾ, ਕਿਉਂਕਿ ਲੋਕ ਕਿਤੇ ਨਾ ਕਿਤੇ ਐਸੈਟਸ ਦੇਖਦੇ ਨੇ ਕੰਪਨੀ ਦੇ ਵੀ ਇਹਨਾਂ ਦੇ ਕੋਲ ਐਸੈਟਸ ਹੈ ਕੀ ਆ। ਹਾਲ ਦੀ ਘੜੀ ਇਹਨਾਂ ਕੋਲ ਐਸੈਟ ਕੋਈ ਨਹੀਂ ਹੈ, ਇੱਕ ਐਪ ਆ ਅਤੇ ਬਾਕੀ ਜਿਹੜੇ ਡਰਾਈਵਰ ਵਕੀਲਾਂ ਦੀ ਟੀਮ ਜਿਹੜੀ ਆ ਉਹਨਾਂ ਦੇ ਕੋਲ ਹੈਗੀ ਆ। ਸੋ ਇਹ ਇਸ ਦਾ ਜਿਹੜਾ ਅਸਰ ਇਸ ਕਰਕੇ ਜਿਹੜਾ IPO ਦੇ ਉੱਤੇ ਡੈਫੀਨੇਟਲੀ ਉਹਨਾਂ ਦੇ ਉੱਤੇ ਪਿਆ ਆ, ਅਤੇ ਤਾਂ ਹੀ ਜਿਹੜਾ ਲਗਾਤਾਰ ਘਾਟੇ ਦੇ ਵਿੱਚ, ਨੁਕਸਾਨ ਦੇ ਵਿੱਚ। ਪਰ ਇਹ ਕੰਪਨੀ ਤਗੜੀ ਆ ਹਰਜੋਤ ਸਿੰਘ ਜੀ, ਵੀ ਹਰ ਜਿਹੜੇ ਕੁਆਟਰ ਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਲੋਸ ਝੱਲਦੇ ਹੋਏ ਵੀ ਲਗਾਤਾਰ ਅੱਗੇ ਵਧੀ ਜਾ ਰਹੀ ਹੈ। ਸੋ ਹੈ ਤਾਂ ਇਹਨਾਂ ਦੀ ਜਿਹੜੀ ਉਹ ਇੱਕ ਲੰਬੀ ਗੇਮ ਹੀ ਆ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਜਿਹੜੇ ਆਟੋਨਮਸ ਗੱਡੀਆਂ ਵਾਲੇ ਪਾਸੇ ਵੀ ਇਹਨਾਂ ਨੇ ਸੋਚਿਆ ਹੋਇਆ ਆ ਵੀ ਉਹੀ ਆਪਾਂ ਖਰੀਦਣੀਆਂ ਆ। ਸੋ ਐਪ ਤੋਂ ਬਾਅਦ ਦੇ ਵਿੱਚ ਆਟੋਨਮਸ ਗੱਡੀਆਂ ਲੈ ਕੇ ਡਰਾਈਵਰਾਂ ਦੀ ਪੱਕੀ ਹੋਈ ਛੁੱਟੀ ਹੋਈ ਜਿਹੜੀ ਆ ਉਹ ਉਹਨਾਂ ਨੇ ਕਰ ਦੇਣੀ ਹੈਗੀ ਹੈ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ, ਪਰ ਇਤਿਹਾਸ ਜਿਹੜਾ ਉਹ ਰੱਖੋ, ਜਿਹੜੀ ਤਿਰਛੀ ਨਜ਼ਰ ਜਿਹੜਾ ਮਾਰਕੀਟ ਦੇ ਉੱਤੇ ਜਿਹੜੀ ਰੱਖੋ, ਇਕੋਨਮੀ ਦੇ ਉੱਤੇ ਰੱਖੋ, ਜਿਹੜੀ ਅਰਥਚਾਰਾ ਆ ਕਿਸੇ ਵੀ ਟਾਈਮ ਉੱਤੇ ਥੱਲੇ ਜਿਹੜਾ ਉਹ ਹੋ ਸਕਦਾ ਹੈ। ਬਿਲਕੁਲ, ਬਹੁਤ ਸਾਰੇ ਪ੍ਰੋਪਰਟੀਆਂ ਵੀ ਖਰੀਦਦੇ, ਘਰ ਵੀ ਖਰੀਦਦੇ, ਉਹਨਾਂ ਕੁ ਜਿੰਨਾ ਅਫੋਰਡ ਕਰ ਸਕਦੇ ਆ। ਬਿਲਕੁਲ, ਲੋੜੋਂ ਵੱਧ ਨਾ ਜਿਹੜਾ ਆ ਚਾਦਰ ਤੋਂ ਬਾਹਰ ਜਿਹੜਾ ਪੈਰ ਨਾ ਪਸਾਰੋ, ਕਿਉਂਕਿ ਤੁਸੀਂ ਫਿਊਚਰ ਦਾ ਵੀ ਇਹ ਵੀ ਹਿਸਾਬ ਕੇ ਰੱਖੋ ਵੀ ਮੰਨ ਲਓ 2-4 ਮਹੀਨੇ ਜੋਬ ਨਹੀਂ ਵੀ ਹੋਊਗੀ ਤਾਂ ਤੁਸੀਂ ਅਫੋਰਡ ਕਰ ਸਕੋਗੇ, ਇਹ ਸਾਰਾ ਕੁਝ ਹੋ ਸਕੂਗਾ। ਅਤੇ ਅਮਰੀਕਾ ਦੇ ਵਿੱਚ ਬੜੀ ਅਫਸੋਸਜਨਕ ਗੱਲ ਆ ਵੀ ਇੱਥੇ ਦੇ ਲੋਕ ਸੇਵਿੰਗ ਨਹੀਂ ਕਰਦੇ ਹੈਗੇ। ਸੋ ਪੇ ਚੈੱਕ ਟੂ ਪੇ ਚੈੱਕ ਜਿਹੜੇ ਉਹ ਚੱਲ ਰਹੇ ਹੁੰਦੇ ਆ, ਅਤੇ ਜਦੋਂ ਮਾੜਾ ਮੋਟਾ ਵੀ ਇੱਦਾਂ ਦਾ ਕਿਤੇ ਝਟਕਾ ਲੱਗਦਾ ਆ, ਚੰਗੇ ਭਲੇ ਲੋਕ ਜਿਹੜਾ ਚਲੋ ਜਿਨ੍ਹਾਂ ਦਾ ਚੰਗੇ ਭਲੇ ਇਸ ਲਈ ਕਹਿ ਰਹੇ ਵੀ ਚਲੋ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੁੰਦੀ ਆ, ਫਿਰ ਉਸ ਝਟਕੇ ਦੇ ਕਰਕੇ ਕਦੇ ਹੋਮਲੈਸ ਹੋ ਜਾਂਦੇ ਆ, ਘਰੋਂ ਬੇਘਰ ਜਿਹੜੇ ਹੋ ਜਾਂਦੇ ਆ, ਅਤੇ ਬਾਅਦ 'ਚ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਦੇ ਭਵਿੱਖ ਦੇ ਵਿੱਚ ਬਣਨਾ ਕੀ। ਇਸ ਗੱਲੋਂ ਚਲੋ ਆਪਣੀ ਕਮਿਊਨਿਟੀ ਦੇ ਵਿੱਚ ਥੋੜ੍ਹੀ ਚੰਗੀ ਗੱਲ ਆ ਵੀ ਇਹ ਚੀਜ਼ਾਂ ਸਿੱਖ ਕੇ ਆਏ ਆ ਵੀ ਆਪਣੀਆਂ ਸੇਵਿੰਗਸ ਜਿਹੜੀਆਂ ਥੋੜ੍ਹੀਆਂ ਬਣਾ ਕੇ ਰੱਖੋ, ਪਰ ਜੀ ਕਿਸੇ ਦਾ ਵੀ ਨਹੀਂ ਕਰਦਾ ਹੁੰਦਾ ਸੇਵਿੰਗਸ ਦੇ ਵਿੱਚ ਜਿਹੜਾ ਉਹ ਹੱਥ ਪਾਉਣ ਨੂੰ ਵੀ ਉਹਨੂੰ ਜਿਹੜਾ ਵਰਤਣਾ ਪਵੇ, ਪਰ ਫਿਰ ਵੀ ਇੰਨੀ ਕੁ ਜਿਹੜੀ ਹੋਵੇ ਵੀ ਆਪਾਂ ਜਿਹੜੇ ਕੁਛ ਕੁ ਮਹੀਨੇ ਜਿਹੜੇ ਆ ਬਗੈਰ ਜੇ ਕੰਮ ਤੋਂ ਵੀ ਆ ਵੀ ਉਹ ਉਸ ਦੇ ਵਿੱਚ ਗੁਜ਼ਾਰਾ ਕਰ ਸਕੀਏ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ
ਗੱਲ ਕਰਦੇ ਹਾਂ ਜੈਫਰੀ ਐਪਸਟੀਨ ਦਾ ਜਿਹੜਾ ਮਸਲਾ ਆ ਉਹ ਲਗਾਤਾਰ ਪੇਚੀਦਾ ਜਿਹੜਾ ਹੁੰਦਾ ਜਾ ਰਿਹਾ ਆ। ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜੀ ਮੈਨਹੈਟਨ ਦੀ ਫੈਡਰਲ ਜੇਲ੍ਹ ਹੈਗੀ ਉਹਨਾਂ ਦਾ ਜਿਹੜਾ ਵਾਰਡਨ ਆ ਉਸਨੂੰ ਹੋਰ ਜਗ੍ਹਾ ਦੇ ਉੱਤੇ ਰੀਅਸਾਈਨ ਜਿਹੜਾ ਕਰ ਦਿੱਤਾ ਗਿਆ ਆ। ਜਿਹੜੇ ਦੋ ਲੋਕਾਂ ਦਾ ਕਹਿੰਦੇ ਆ ਸੀਗਾ ਵੀ ਉਹਨਾਂ ਨੇ ਅੱਖ ਰਗਣੀ ਆ ਜੈਫਰੀ ਐਪਸਟਾਈਨ ਦੇ ਉੱਤੇ ਕਿਉਂਕਿ ਉਹ ਸੁਸਾਈਡ ਵਾਚ ਲਿਸਟ ਦੇ ਉੱਤੇ ਸੀਗਾ। ਉਹਨਾਂ ਨੂੰ ਹਾਲ ਦੀ ਘੜੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਗਿਆ ਆ। ਅਤੇ ਇਸ ਜਿਹੜੀ ਆ ਮੈਨਹੈਟਨ ਫੈਡਰਲ ਜਿਹੜੀ ਜੇਲ੍ਹ ਆ ਇਸ ਦੀ ਚੰਗੀ ਤਰ੍ਹਾਂ ਹੁਣ ਕਹਿ ਲਓ ਵੀ ਆਡਿਟ ਕਹਿ ਲਓ ਵੀ ਪੂਰਾ ਹੋ ਰਿਹਾ ਹੈ ਅਤੇ ਪੂਰੀ ਜਾਂਚ ਜਿਹੜੀ ਉਹ ਹੋ ਰਹੀ ਆ ਵੀ ਕੁਤਾਹੀ ਜਿਹੜੀ ਆ ਉਹ ਕਿੱਥੇ ਰਹਿ ਗਈ ਆ। ਉੱਧਰ ਜੈਫਰੀ ਐਪਸਟਾਈਨ ਮਾਮਲੇ ਦੇ ਵਿੱਚ ਜਿਹੜੀ ਅਕਿਊਜ਼ਰ ਆ ਉਸਨੇ ਹੁਣ ਕਿਉਂਕਿ ਉਹ ਆਪ ਤਾਂ ਮਰ ਗਿਆ ਸੋ ਇਸ ਕਰਕੇ ਜਿਹੜਾ ਉਸਦੇ ਉੱਤੇ ਡਾਇਰੈਕਟ ਕੇਸ ਸੀਗਾ ਉਹ ਤਾਂ ਉੱਥੇ ਹੀ ਜਿਹੜਾ ਖਤਮ ਹੋ ਜਾਵੇਗਾ ਅਦਾਲਤਾਂ 'ਚ। ਪਰ ਜਿਹੜੀ ਉਸਦੀ ਅਕਿਊਜ਼ਰ ਆ ਜਿਸਨੇ ਉਸਦੇ ਉੱਤੇ ਦੋਸ਼ ਲਾਏ ਸੀਗੇ ਵੀ ਇਸਨੇ ਮੇਰੇ ਨਾਲ ਮੈਨੂੰ ਜਿੱਦਾਂ ਸੈਕਸ ਸਲੇਵ ਬਣਾ ਕੇ ਰੱਖਿਆ ਜਿਹੜਾ ਉਸਦੇ ਨਾਲ ਕਥਿਤ ਸਰੀਰਕ ਸ਼ੋਸ਼ਣ ਜਿਹੜੀ ਉਹ ਕਰਦਾ ਰਿਹਾ ਅਤੇ ਹੋਰਾਂ ਦੇ ਨਾਲ ਉਸਦੇ ਨਾਲ ਇਹਨੇ ਇੱਦਾਂ ਕੀਤਾ ਵੀ ਉਹ ਹੁਣ ਉਸਦੀ ਅਸਟੇਟ ਦੇ ਉੱਤੇ ਜਿਹੜਾ ਉਹ ਸੂ ਕਰਨ ਜਾ ਰਹੀ ਆ। ਅਸਟੇਟ ਦੇ ਨਾਲ ਉਸਦੇ ਕੰਪਨੀ ਦੇ ਜਿਹੜੇ ਸਟਾਫ ਮੈਂਬਰਸ ਆ ਉਹਨਾਂ ਦੇ ਉੱਤੇ ਵੀ ਸੈਕਸ਼ੂਅਲ ਅਸੋਲਟ ਦਾ ਜਿਹੜਾ ਆ ਉਹ ਕੇਸ ਆ ਉਹ ਚਲਾਵੇਗੀ। ਜੈਨੀਫਰ ਐਰੋਜ਼ 32 ਸਾਲਾਂ ਦੀ ਜਿਹੜਾ ਉਸਦਾ ਨਾਮ ਆ ਉਹ ਉਸਨੇ ਜਿਹੜਾ ਇਹ ਹੁਣ ਨਵੀਂ ਜਿਹੜਾ ਆ ਲਾਸੂਟ ਆ ਉਹ ਫਾਈਲ ਕਰ ਦਿੱਤਾ ਐਪਸਟੀਨ ਦੀ ਜਿਹੜੀ ਆ ਸਟੇਟ ਆ ਉਸਦੇ ਖਿਲਾਫ਼। ਕਹਿੰਦੇ ਵੀ ਜਦ ਉਹ 14-15 ਸਾਲ ਦੀ ਹਾਈ ਸਕੂਲ ਦੀ ਸਟੂਡੈਂਟ ਸੀਗੀ ਨਿਊਯਾਰਕ ਸਿਟੀ ਦੇ ਵਿੱਚ ਉਦੋਂ ਜਿਹੜਾ ਐਪਸਟੀਨ ਆ ਉਸਨੇ ਉਸ ਬੀਬੀ ਨੂੰ ਜਿਹੜਾ ਆਪਣਾ ਸ਼ਿਕਾਰ ਬਣਾਇਆ ਸੀਗਾ। ਬਿਲਕੁਲ ਜੈਫਰੀ ਐਪਸਟੀਨ ਆ ਉਹਦੀ ਜਿਹੜੀ ਇੰਪਲਾਈ ਸੀਗੀ ਗਿਸਲੇਨ ਮੈਕਸਵੈਲ ਉਹ ਕਹਿੰਦੀ ਵੀ ਜਿਹੜੀ ਕੁੜੀਆਂ ਸੀ ਯੰਗ ਕੁੜੀਆਂ ਸੀਆਂ ਉਹਨਾਂ ਨੂੰ ਉਹ ਹਾਇਰ ਕਰਦੀ ਹੁੰਦੀ ਸੀ ਸੋ ਉਹਨੂੰ ਸਕੂਲ ਦੇ ਬਾਹਰੋਂ ਹੀ ਜਿਹੜਾ ਆ ਉੱਥੋਂ ਚੱਕਿਆ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਇਹ ਸਕੂਲਾਂ ਦੇ ਵਿੱਚ ਵੀ ਹੁੰਦਾ ਹੈਗਾ ਅਤੇ ਉਸ ਟਾਈਮ 'ਤੇ ਉਹ ਕਹਿੰਦੀ ਵੀ ਮੈਂ 14-15 ਸਾਲ ਦੀ ਸੀ ਅਤੇ ਜੈਫਰੀ ਮੇ ਵੀ 50-55 ਸਾਲ ਦੇ ਵਿੱਚ ਹੋਊਗਾ ਜੀ। ਸੋ ਹੁਣ ਕਾਫੀ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਉਹ ਅੱਗੇ ਆ ਰਹੀਆਂ ਉਹਦੇ ਜਿਹੜੀ ਡੈਥ ਹੋਈ ਆ ਉਹਦੇ ਸੰਬੰਧ ਦੇ ਵਿੱਚ ਵੀ ਬਿਲਵਾਰ ਜਿਹੜੇ ਅਟੋਰਨੀ ਜਨਰਲ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਜੇ ਸੂਸਾਈਡ ਵਾਚ 'ਤੇ ਸੀ ਵਾਚ ਨਹੀਂ ਕੀਤਾ ਗਿਆ ਅਤੇ ਕਹਿੰਦੇ ਜਿਹੜੇ ਲੌਗਸ ਆ ਹੁਣ ਪਤਾ ਲੱਗੇ ਜਿਹੜੇ ਜੇਲ੍ਹ ਦੇ ਆ ਉਹ ਵੀ ਕਹਿੰਦੇ ਵੀ ਗਲਤ ਭਰੇ ਗਏ ਹੈਗੇ ਬਾਅਦ ਦੇ ਵਿੱਚ ਵੀ ਗਾਰਡ ਵੀ ਉੱਥੇ ਕਹਿੰਦੇ ਘੱਟ ਸੀਗੇ। ਸੋ ਇੱਦਾਂ ਦੀ ਜਿਹੜੀ ਆ ਰਿਪੋਰਟਸ ਉੱਥੋਂ ਆ ਰਹੀਆਂ ਹੈਗੀਆਂ ਜੀ। ਬਿਲਕੁਲ ਸੋ ਕਾਫੀ ਜਿਹੜਾ ਇੱਕ ਵੱਡਾ ਜਿਹੜਾ ਮਸਲਾ ਆ ਇਹ ਬਣਦਾ ਜਾ ਰਿਹਾ ਖਾਸ ਕਰਕੇ ਕਿਉਂਕਿ ਇਹ ਵੱਡਾ ਪੇਚੀਦਾ ਮਸਲਾ ਇਸ ਲਈ ਵੀ ਆ ਹਰਜੋਤ ਸਿੰਘ ਜੀ ਵੀ ਬਹੁਤ ਅਮੀਰ ਧਨਾੜ ਲੋਕ ਇਸ ਬੰਦੇ ਦੇ ਜਿਹੜੇ ਉਸ ਸਰਕਲ ਦੇ ਵਿੱਚ ਸੀਗੇ ਜਿਨ੍ਹਾਂ ਦੇ ਕਥਿਤ ਤੌਰ ਦੇ ਉੱਤੇ ਜਿਹੜੇ ਹੁਣ ਨਾਮ ਜਿਹੜੇ ਉਹ ਆ ਰਹੇ ਨੇ ਇਸ ਪੂਰੇ ਜਿਹੜੇ ਸੈਕਸ ਟ੍ਰੈਫਿਕਿੰਗ ਸੈਕਸ ਸਲੇਵ ਵਾਲੇ ਜਿਹੜੇ ਆ ਉਹ ਰਿੰਗ ਦੇ ਵਿੱਚ ਵੀ ਛੋਟੇ ਬੱਚੀਆਂ ਦੇ ਨਾਲ ਜਿਹੜੇ ਕੁਕਰਮ ਜਿਹੜੇ ਉਹ ਕਰਦੇ ਰਹੇ ਆ ਉਹਨਾਂ ਨੂੰ ਜਾਣ ਬੁੱਝ ਕੇ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਸਿਖਲਾਈ ਜਿਹੜੀ ਆ ਉਹ ਦਿੱਤੀ ਜਾ ਰਹੀ ਸੀ। ਇਹ ਜਿਹੜੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੋਨਾਂ ਦਾ ਹੀ ਜਿਹੜਾ ਇਹ ਮਿੱਤਰ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਓਹਾਇਓ ਦੇ ਵਿੱਚ ਇੱਕ ਜਿਹੜਾ ਬੰਦਾ ਆ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਆ। 18 ਸਾਲਾਂ ਦਾ ਜਸਟਿਨ ਜਿਹੜਾ ਓਲਸਨ ਨਾਂ ਦਾ ਮੁੰਡਾ ਇਸ ਦੇ ਉੱਤੇ ਜਿਹੜੇ ਇਹ ਦੋਸ਼ ਲਾਏ ਗਏ ਆ ਵੀ ਇਸ ਨੇ ਧਮਕੀ ਦਿੱਤੀ ਸੀਗੀ ਵੀ ਇਸ ਨੇ ਵੀ ਧਮਕੀ ਦਿੱਤੀ ਸੀ ਵੀ ਜਿਹੜੀ ਪਲੈਨਡ ਪੇਰੈਂਟਹੁੱਡ ਆ ਅਤੇ ਜਿਹੜੇ ਫੈਡਰਲ ਏਜੰਟਸ ਆ ਇਹ ਉਹਨਾਂ ਦੇ ਖਿਲਾਫ਼ ਜਿਹੜੀ ਗੋਲੀਬਾਰੀ ਕਰ ਸਕਦਾ ਆ। ਆਈ ਥਿੰਕ ਚਾਈਲਡ ਆਫ ਕ੍ਰਾਈਸਟ ਕਰਕੇ ਆਰਮੀ ਆਫ ਕ੍ਰਾਈਸਟ ਕਰਕੇ ਇਸ ਨੇ ਯੂਜ਼ਰ ਨੇਮ ਜਿਹੜਾ ਆਪਣਾ ਉਹ ਬਣਾਇਆ ਹੋਇਆ ਸੀਗਾ ਅਤੇ ਇੱਕ ਜਿਹੜੀ ਵੈਬਸਾਈਟ ਦੇ ਉੱਤੇ ਇੱਦਾਂ ਦੀ ਜਿਹੜੇ ਹੇਟ ਅਤੇ ਜਿਹੜੇ ਧਮਕੀਆਂ ਆ ਉਹ ਦੇ ਰਿਹਾ ਸੀਗਾ। ਸੋ ਇਹ ਇੱਕ ਕਹਿੰਦਾ ਡੇਵਿਡ ਕੋਰਿਸ਼ ਨਾਂ ਦਾ ਜਿਹੜਾ ਇੱਕ ਕਲਟ ਲੀਡਰ ਰਿਹਾ ਆ ਇਹ ਉਸਦਾ ਜਿਹੜਾ ਫੋਲੋਵਰਸ ਦੇ ਵਿੱਚੋਂ ਇੱਕ ਜਿਹੜਾ ਆ ਉਹ ਨਜ਼ਰ ਜਿਹੜਾ ਸ਼ਾਇਦ ਆ ਰਿਹਾ ਆ। ਕਹਿੰਦਾ ਵੀ ਓਲਸਨ ਨੇ ਲਿਖਿਆ ਵੀ ਇਨ ਕੰਕਲੂਜਨ ਵੀ ਜਿਹੜਾ ਵੀ ਫੈਡਰਲ ਏਜੰਟ ਉਸਦੀ ਨਜ਼ਰ ਦੇ ਵਿੱਚ ਆਵੇਗਾ ਉਹ ਉਸਨੂੰ ਗੋਲੀ ਜਿਹੜਾ ਉਹ ਮਾਰ ਦੇਵੇਗਾ। ਇਸ ਨੂੰ ਕਲੀਵਲੈਂਡ ਦੇ ਵਿੱਚ ਓਹਾਇਓ ਦੇ ਵਿੱਚ ਇਸ ਨੂੰ 80 ਮੀਲ ਦੂਰ ਕਲੀਵਲੈਂਡ ਤੋਂ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ। ਸੋ ਆਪਾਂ ਦੇਖ ਰਹੇ ਹਾਂ ਵੀ ਲੇਟੈਸਟ ਕਈ ਥਾਵਾਂ ਦੇ ਉੱਤੇ ਜਿਹੜੀ ਮਾਸ ਸ਼ੂਟਿੰਗਸ ਆ ਉਹ ਹੋ ਰਹੀਆਂ ਆ ਅਤੇ ਇੱਦਾਂ ਦੇ ਜਿਹੜੇ ਸਨਕੀ ਲੋਕ ਸਿਰਫਰੇ ਲੋਕ ਆ ਜਿਨ੍ਹਾਂ ਦੇ ਨਜ਼ਰਾਂ ਦੇ ਵਿੱਚ ਕਿਸੇ ਖਾਸ ਸੰਸਥਾਵਾਂ ਦੇ ਉੱਤੇ ਜਾਂ ਕਿਸੇ ਖਾਸ ਨਸਲਾਂ ਦੇ ਪ੍ਰਤੀ ਬਹੁਤ ਜ਼ਿਆਦਾ ਜਿਹੜਾ ਆ ਉਹ ਭੇਦਭਾਵ ਹੈਗਾ ਆ ਅਤੇ ਬਹੁਤ ਜ਼ਿਆਦਾ ਨਫ਼ਰਤ ਆ
ਉਹ ਫਿਰ ਇਹਨਾਂ ਬੰਦੂਕਾਂ ਦੇ ਜ਼ਰੀਏ ਗੋਲੀਆਂ ਮਾਰ ਕੇ ਜਿਹੜੇ ਆ ਉਹ ਲੋਕਾਂ ਨੂੰ ਜਾਨੋ ਜਿਹੜਾ ਉਹ ਮਾਰ ਰਹੇ ਨੇ। 4,000 ਤੋਂ ਵੱਧ ਕਹਿੰਦੇ ਉਸਦੇ ਅਕਾਊਂਟ ਦੇ ਫੋਲੋਵਰ ਸੀਗੇ, ਸਬਸਕ੍ਰਾਈਬਰ ਸੀਗੇ, ਜਿਹੜੇ ਉਸਦੀਆਂ ਗੱਲਾਂ ਆ ਉਹ ਸੁਣਦੇ ਸੀਗੇ। ਸੋ ਓਲਸਨ ਨੂੰ ਹੁਣ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ। ਅੱਜ ਤੋਂ ਕੁਛ ਦਿਨ ਪਹਿਲਾਂ ਜਦ ਉਸਨੇ ਇਹ ਧਮਕੀਆਂ ਜਿਹੜੀਆਂ ਦਿੱਤੀਆਂ ਸੀ ਵੀ ਉਹ ਪਲੈਨਡ ਪੇਰੈਂਟਹੁੱਡ ਅਤੇ ਜਿਹੜੇ ਵੀ ਕੋਈ ਫੈਡਰਲ ਏਜੰਟ ਉਸਦੀ ਨਜ਼ਰ ਦੇ ਵਿੱਚ ਆਵੇਗਾ ਉਸਨੂੰ ਜਾਨੋਂ ਮਾਰ ਦੇਵੇਗਾ, ਉਸਨੂੰ ਗੋਲੀਆਂ ਦੇ ਨਾਲ ਉਹ ਭੁੰਨ ਦੇਵੇਗਾ। ਜੀ ਬਿਲਕੁਲ, ਜਿਹੜਾ ਡੇਵਿਡ ਕੁਰੈਸ਼ ਆ ਇੱਕ ਤਰ੍ਹਾਂ ਨਾਲ ਕਲਟ ਲੀਡਰ ਸੀ ਇਹ ਟੈਕਸਸ ਦੇ ਵਿੱਚ। 1993 ਦੇ ਵਿੱਚ ਇਸਨੇ ਆਪਣੇ ਬਹੁਤ ਸਾਰੇ ਜਿਹੜੇ ਫੋਲੋਅਰ ਆ ਉਹ ਇਕੱਠੇ ਕਰਕੇ ਇੱਕ ਚਰਚ ਬਣਾਇਆ ਸੀ, ਉਹਦੇ 'ਚ ਰੱਖੇ ਸੀ ਅਤੇ ਉਹ ਤੋਂ ਬਾਅਦ ਫਿਰ ਜਿਹੜੀ ਫੈਡਰਲ ਗਵਰਨਮੈਂਟ ਆ ਇਹਨਾਂ ਨੇ ਟੈਂਕਾਂ ਦੇ ਨਾਲ ਉਹਦੇ 'ਤੇ ਅਟੈਕ ਕੀਤਾ ਸੀ ਅਤੇ ਉਹਦੀ ਜਿਹੜੀ ਆ ਉੱਥੇ ਮੌਤ ਹੋ ਗਈ ਸੀ। ਉਹਦੇ ਬਹੁਤ ਸਾਰੇ ਜਿਹੜੇ ਫੋਲੋਅਰ ਆ ਉਹ ਬਾਅਦ 'ਚ ਪਤਾ ਲੱਗਿਆ ਉਸਨੇ ਆਪ ਹੀ ਗੋਲੀਆਂ ਮਾਰ ਕੇ ਅੰਦਰ ਮਾਰ ਦਿੱਤੇ ਸੀ। ਜੀ ਜੀ, ਸੋ ਇਹ ਚੀਜ਼ ਜਿਹੜੀ ਆ ਉਹ ਚੱਲ ਰਹੀ ਆ। ਸੋ ਇੱਦਾਂ ਦੇ ਜਿਹੜੇ ਕਈ ਲੋਕ ਇਸ ਟਾਈਮ ਖੁੱਡੋਂ ਬਾਹਰ ਜਿਹੜੇ ਆ ਰਹੇ ਨੇ, ਜਿਹੜੀ ਨਫ਼ਰਤਾਂ ਜਿਹੜੀਆਂ ਉਹ ਉਹਨਾਂ ਦੇ ਮਨਾਂ ਦੇ ਵਿੱਚ ਹੈਗੀਆਂ। ਸੋ ਹਰ ਇੱਕ ਨੂੰ ਜਿਹੜੇ ਕਹਿ ਲਓ ਵੀ ਉਸ ਦੇ ਉੱਤੇ ਸਤਰਕ ਰਹਿਣਾ ਚਾਹੀਦਾ, ਖਾਸ ਕਰਕੇ ਜਿਹੜੇ ਵੀ ਕੋਈ ਸੋਸ਼ਲ ਪਲੇਸਿਸ ਦੇ ਉੱਤੇ ਤੁਸੀਂ ਜਾਂਦੇ ਆ ਸਤਰਕਤਾ ਜਿਹੜੀ ਰੱਖੋ। ਅਸੀਂ ਤੁਹਾਨੂੰ ਜਾਣ ਤੋਂ ਨਹੀਂ ਰੋਕਦੇ ਕਿਸੇ ਪਾਸੇ, ਪਰ ਜਿਹੜੇ ਪਲੀਜ਼ ਅਲਰਟ ਅਤੇ ਜਿਹੜੇ ਅਜਿਹੀਆਂ ਚੀਜ਼ਾਂ ਦੇ ਲਈ ਅਲਰਟ ਜਿਹੜਾ ਤੁਹਾਨੂੰ ਰਹਿਣਾ ਚਾਹੀਦਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ, ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਉਹਦੇ ਨਾਲ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਆ ਹੁਣ ਉਹ ਡਰੇ ਹੋਏ ਹੈਗੇ ਆ। ਜਿਹੜੀ 1 ਅਕਤੂਬਰ 2015 ਤੋਂ ਜਿਹੜਾ ਰੂਲ ਆ ਪਬਲਿਕ ਬੈਨੀਫਿਟ ਵਾਲਾ ਉਹਨੂੰ ਲਾਗੂ ਕਰਨ ਜਾ ਰਹੇ ਆ ਗ੍ਰੀਨ ਕਾਰਡਸ ਦੇ ਉੱਤੇ, ਅਤੇ ਕੋਈ ਵੀ ਬੰਦਾ ਜਿਹੜਾ ਕੈਸ਼ ਬੈਨੀਫਿਟ ਲੈਂਦਾ ਹੈਗਾ ਆ, ਫੂਡ ਸਟੈਂਪ ਸਨੈਪਸ ਲੈਂਦਾ ਹੈਗਾ ਆ, ਹਾਊਸਿੰਗ ਸਬਸਿਡੀ ਹਾਊਸਿੰਗ ਵੋਚਰਸ ਜਿਹੜੀ ਲੋਅ ਇਨਕਮ ਅਪਾਰਟਮੈਂਟ ਲੈਂਦਾ ਆ, ਮੈਡੀਕਲ ਲੈਂਦਾ ਆ, ਉਹ ਉਹਨਾਂ ਦੇ ਉੱਤੇ ਇਹ ਅਸਰ ਹੋਣਾ ਆ, ਬੱਚਿਆਂ ਦੇ ਉੱਤੇ ਨਹੀਂ ਜਿਹੜੇ 18 ਸਾਲ ਤੋਂ ਥੱਲੇ 18 ਤੋਂ ਉੱਪਰ ਆ ਉਹਨਾਂ ਦੇ ਉੱਤੇ ਹੋਣਾ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਕੈਨ ਕੁਚੀਨੈਲੀ ਆ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਦੀ ਹੁਣ ਕਾਫੀ ਗ੍ਰਿਲਿੰਗ ਚੱਲ ਰਹੀ ਆ ਕਿਉਂਕਿ ਉਹਨਾਂ ਨੇ ਇੱਕ ਜਿਹੜੀ ਪੋਇਮ ਸੀਗੀ ਜਿਹੜੀ ਸਟੈਚੂ ਆਫ ਲਿਬਰਟੀ 'ਤੇ ਲੱਗੀ ਹੋਈ ਆ ਉਹਨੂੰ ਟਵਿਸਟ ਕੀਤਾ ਵੀ ਜਿਹੜੇ ਲੋਕ ਸਿਰਫ ਆਪਣੇ ਪੈਰਾਂ ਭਾਰ ਆਪਣਾ ਖੜ ਸਕਦੇ ਆ, ਜਾਣੀ ਕਿ ਇੱਥੇ ਕੋਈ ਬੈਨੀਫਿਟ ਨਹੀਂ ਲਊਗੇ, ਉਹਨਾਂ ਨੂੰ ਹੀ ਅਸੀਂ ਅਲਾਓ ਕਰਾਂਗੇ ਗ੍ਰੀਨ ਕਾਰਡ ਦੇ ਲਈ। ਅਤੇ ਉਹਦੇ ਵਿੱਚ ਉਹਨਾਂ ਦੀ ਜਦੋਂ ਗ੍ਰਿਲਿੰਗ ਕੀਤੀ ਐੱਨ ਪੀ ਆਰ ਵਾਲਿਆਂ ਨੇ ਵੀ, ਸੀ ਐੱਨ ਐੱਨ ਵਾਲਿਆਂ ਨੇ ਵੀ, ਵੀ ਤੁਸੀਂ ਆਹ ਕਿੱਦਾਂ ਚੇਂਜ ਕਰ ਦਿੱਤਾ, ਉਹ ਤਾਂ ਉੱਥੇ ਪੂਅਰ ਅਤੇ ਜਿਹੜੇ ਜਿਨ੍ਹਾਂ ਦੀ ਕੋਈ ਹੈਲਪ ਵਾਲਾ ਨਹੀਂ ਉਹਦੇ ਲਈ ਆ ਸੀ। ਹੁਣ ਉਹ ਕਹਿੰਦੇ ਵੀ ਨਹੀਂ ਜੀ, ਉਹ ਉਸ ਟਾਈਮ ਦੇ ਉੱਤੇ ਜਿਹੜੇ ਯੂਰਪ ਤੋਂ ਲੋਕ ਆਉਂਦੇ ਸੀ ਉੱਥੇ ਕਲਾਸ ਬੇਸ ਸਿਸਟਮ ਸੀ, ਸੋ ਉਹਨਾਂ ਲੋਕਾਂ ਦੇ ਲਈ ਸੀਗਾ ਯੂਰਪੀਅਨ ਦੇ ਲਈ ਇਹ। ਅਤੇ ਸੋ ਅਲਟੀਮੇਟਲੀ ਉਹਨਾਂ ਦਾ ਮਤਲਬ ਇਹੀ ਆ ਵੀ ਜਿਨ੍ਹਾਂ ਨੂੰ ਘੱਟ ਇੰਗਲਿਸ਼ ਆਉਂਦੀ ਆ, ਜਿਹੜਾ ਜੇ 'ਤੇ ਸ਼ੱਕ ਪੈਂਦੀ ਆ ਵੀ ਇਹ ਬੰਦਾ ਕਿਤੇ ਨਾ ਕਿਤੇ ਕੋਈ ਬੈਨੀਫਿਟ ਲਊਗਾ ਗੌਰਮੈਂਟ ਦਾ, ਅਤੇ ਉਹਨਾਂ ਨੂੰ ਗ੍ਰੀਨ ਕਾਰਡ ਡਿਨਾਈ ਕੀਤਾ ਜਾਊਗਾ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਵੀ ਸ਼ਾਇਦ ਇਹ ਨਵਾਂ ਰੂਲ, ਇਹ ਨਵਾਂ ਰੂਲ ਨਹੀਂ ਹੈਗਾ, ਇਹ ਰੂਲ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ 1996 'ਚ ਜਿਹੜਾ ਆ ਸਾਰਿਆਂ ਨੇ ਦੋਨਾਂ ਪਾਰਟੀਆਂ ਨੇ ਰਲ ਕੇ ਪਾਸ ਕੀਤਾ ਸੀ, ਪਰ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਸੀਗਾ। ਨਹੀਂ, ਹਰਜੋਤ ਸਿੰਘ ਜੀ, ਇਸ ਦੇ ਵਿੱਚ ਥੋੜ੍ਹਾ ਫਰਕ ਸੀਗਾ, ਉਹਦੇ ਵਿੱਚ ਜਿਹੜੇ ਪਬਲਿਕ ਚਾਰਜ ਦੇ ਨਾ ਚੇਂਜਿਸ ਆ, ਇਹਨਾਂ ਨੇ ਹਰ ਇੱਕ ਚੀਜ਼ ਜਿਹੜੀ ਉਸ ਦੇ ਵਿੱਚ ਇਨਕਲੂਡ ਕਰ ਦਿੱਤੀ ਆ। ਉਦੋਂ ਪਬਲਿਕ ਚਾਰਜ ਨੂੰ ਲੈ ਕੇ ਜਿਹੜੀ ਇਨ ਐਡਮਿਸਿਬਿਲਟੀ ਸੀਗੀ ਉਸ ਦੇ ਵਿੱਚੋਂ ਕਈ ਜਿਹੜੀਆਂ ਦਰਾਂ ਆ ਕਾਂਗਰਸ ਨੇ ਅਪਰੂਵ ਕਰਕੇ ਉਹ ਲਾਈਆਂ ਸੀਗੀਆਂ ਵੀ ਨਹੀਂ, ਇਹਨਾਂ ਚੀਜ਼ਾਂ ਨੂੰ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਨਹੀਂ ਦੇਖਾਂਗੇ। ਪਰ ਉਹਨਾਂ ਨੇ ਜਿਹੜੇ ਹੁਣ ਨਵੇਂ ਪਬਲਿਕ ਚਾਰਜ ਦਾ ਜਿਹੜਾ ਇਹਨਾਂ ਨੇ ਨਵਾਂ ਬਣਾਇਆ ਆ ਜਿਹੜੀ ਡੈਫੀਨੇਸ਼ਨ, ਉਸ ਦੇ ਵਿੱਚ ਉਹ ਚੀਜ਼ਾਂ ਨਵੀਆਂ ਐਡ ਕੀਤੀਆਂ ਆ। ਡੈਫੀਨੇਟਲੀ ਪਹਿਲਾਂ ਵੀ ਉਹ ਚੀਜ਼ਾਂ ਜਿਹੜੀਆਂ ਉਹ ਸੀਗੀਆਂ, ਪਰ ਸਾਰੀਆਂ ਨਹੀਂ ਸੀਗੀਆਂ ਜਿਹੜੀਆਂ ਇਹਨਾਂ ਨੇ ਹੁਣ ਕੀਤੀਆਂ। ਉਹਦੇ ਵਿੱਚ ਮੋਸਟਲੀ ਜਿਹੜੇ ਕੈਸ਼ ਬੈਨੀਫਿਟਸ ਜਿਹੜੇ ਸੀਗੇ ਉਹਨਾਂ ਦੇ ਉੱਤੇ ਤਰਜੀਹ ਜਿਹੜੀ ਉਹ ਦਿੱਤੀ ਜਾਂਦੀ ਸੀ। ਹੁਣ ਇਸ ਦੇ ਵਿੱਚ ਜਿਹੜੀ ਵੀ ਕਿਸੇ ਤਰੀਕੇ ਦੀ ਸਰਕਾਰ ਦੇ ਵੱਲੋਂ ਕਿਸੇ ਚੀਜ਼ਾਂ ਦੇ ਵਿੱਚ ਥੋੜ੍ਹੀ ਬਹੁਤੀ ਸਬਸਿਡੀ ਵੀ ਦਿੱਤੀ ਜਾ ਰਹੀ ਆ ਉਹਨਾਂ ਨੂੰ ਵੀ ਐਡ ਕੀਤਾ ਜਾ ਰਿਹਾ। ਸੋ ਹੁਣ ਬਹੁਤੇ ਲੋਕਾਂ ਨੂੰ ਚਿੰਤਾ ਇਸ ਕਰਕੇ ਵੀ ਆ ਵੀ ਜਿਹੜੀ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਆ ਵੀ ਜੇ ਬਾਏ ਚਾਂਸ ਉਸ ਨੂੰ ਵੀ ਐਡ ਕਰ ਦਿੱਤਾ ਜਾਂਦਾ ਆ ਫਿਰ ਤਾਂ ਸਮਝੋ ਵੀ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹ ਜਿਹੜੇ ਉਹ ਨਾ ਕਾਬਲ ਨਹੀਂ ਰਹਿਣਗੇ ਇੱਥੇ ਗ੍ਰੀਨ ਕਾਰਡ ਦੇ ਲਈ। ਹੁਣ ਬਹੁਤ ਸਾਰੇ ਅਜਿਹੇ ਵਰਕ ਪਰਮਿਟ ਵਾਲੇ ਲੋਕ ਨੇ ਜਿਹੜੇ ਨਹੀਂ ਇਹਨਾਂ ਜਿਨ੍ਹਾਂ ਦੀ ਇਨਕਮ ਹੈਗੀ ਵੀ ਉਹ ਇਸ ਚੀਜ਼ ਤੋਂ ਬਾਹਰ ਜਿਹੜੇ ਆ ਸਕਣ, ਉਹ ਉਹਨਾਂ ਦੇ ਕੋਲ ਅਜਿਹਾ ਜਿਹੜਾ ਕੰਮ ਨਹੀਂ ਹੈਗਾ ਵੀ ਉਹ ਜਿਹੜਾ ਇਸ ਓਵਰਆਲ ਪਾਵਰਟੀ ਲਾਈਨ ਤੋਂ ਬਾਹਰ ਆ ਕੇ ਕਹਿ ਲਓ ਵੀ ਸਰਕਾਰ ਦੀ ਸਹੂਲਤ ਤੋਂ ਬਗੈਰ ਇੱਥੇ ਗੁਜ਼ਰ ਬਸਰ ਜਿਹੜਾ ਉਹ ਕਰ ਸਕਣ, ਇਹਦਾ ਮਤਲਬ ਆ ਵੀ ਅਮਰੀਕਾ ਕਹਿੰਦਾ ਵੀ ਤੁਸੀਂ ਦੌੜ ਜਾਓ ਆਪਣਾ ਬੋਰੀਆ ਬਿਸਤਰਾ ਚੱਕੋ
ਭੱਜ ਲਓ ਇੱਥੋਂ, ਤੁਹਾਡੀ ਜਿਹੜੀ ਆ ਸਾਨੂੰ ਜ਼ਰੂਰਤ ਨਹੀਂ ਹੈਗੀ, ਇੱਥੇ ਸਿਰਫ ਅਤੇ ਸਿਰਫ ਧਨਾੜ ਬੰਦਿਆਂ ਦਾ ਹੀ ਜਿਹੜਾ ਮੁਲਕ ਜਿਹੜਾ ਉਹ ਬਣ ਕੇ ਰਹਿ ਜਾਊਗਾ, ਜਿਹੜੇ ਤਗੜੇ ਆ ਜਿਹਨਾਂ ਦਾ ਕੁਛ ਇੱਥੇ ਹੈਗਾ ਆ ਜਿਹੜਾ ਉਹ ਕਰ ਸਕਦੇ ਆ ਉਹਨਾਂ ਦੇ ਲਈ ਤਾਂ ਓਕੇ ਆ, ਵੀ ਉਹ ਤਾਂ ਤੁਸੀਂ ਜਿਹੜਾ ਆਪਣੇ ਪੱਲਿਓਂ ਪੈਸੇ ਲਾਓ ਅਤੇ ਅਮਰੀਕਾ 'ਚ ਜੇ ਤੁਸੀਂ ਰਹਿ ਸਕਦੇ ਆ ਤਾਂ ਰਹਿ ਲਓ, ਅਦਰਵਾਈਜ਼ ਸਰਕਾਰ ਵੱਲੋਂ ਜਿਹੜੀ ਕਿਸੇ ਤਰੀਕੇ ਦੀ ਸਹੂਲਤ ਆ ਉਸ ਨੂੰ ਤੁਸੀਂ ਭੁੱਲ ਜਾਓ। ਇਹ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜਾ ਹੈਗਾ ਆ, ਇਹ ਗੈਰ ਕਾਨੂੰਨੀ ਢੰਗ ਨਾਲ ਆਏ ਹੋਏ ਲੋਕਾਂ ਨੂੰ ਨਹੀਂ ਆ, ਜਿਹੜੇ ਕਾਨੂੰਨੀ ਢੰਗ ਨਾਲ ਆਏ ਹੋਏ ਲੋਕ ਆ ਉਹਨਾਂ ਨੂੰ ਵੀ ਇੱਥੋਂ ਭਜਾਉਣਾ ਚਾਹੁੰਦੇ ਨੇ। ਡੈਪੋਟੇਸ਼ਨ ਜਿਹੜੀਆਂ ਇਸ ਦੇ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਵਧਣ ਵਾਲੀਆਂ ਆ। ਹੁਣ ਇਹ ਆ ਵੀ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਅਦਾਲਤ ਦੇ ਵਿੱਚ ਜੇ ਇਸ ਦੇ ਖਿਲਾਫ਼ ਲਾਸੂਟ ਫਾਈਲ ਹੁੰਦਾ ਆ ਅਤੇ ਉਹ ਜਿਹੜੇ ਜੱਜਾਂ ਦਾ ਕਿੱਦਾਂ ਦਾ ਪ੍ਰਤੀਕਰਨ ਰਹਿੰਦਾ ਆ ਵੀ ਇਸ ਜਿਹੜਾ ਪਬਲਿਕ ਚਾਰਜ ਵਾਲਾ ਮਸਲਾ ਆ ਕਿ ਇਸ ਨੂੰ ਉਹ ਲਾਗੂ ਰਹਿਣ ਦਿੱਤਾ ਜਾ ਦਿੰਦੇ ਨੇ ਜਾਂ ਫਿਰ ਕਈ ਹੋਰ ਮਸਲਿਆਂ ਦੇ ਵਿੱਚ ਜਿੱਦਾਂ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਬੈਨ ਲਾਏ ਆ ਵੀ ਇਸ ਦੇ ਉੱਤੇ ਬੈਨ ਲਾਉਣਗੇ। ਸੋ ਕਾਫੀ ਇਹ ਜਿਹੜਾ ਪੇਚੀਦਾ ਮਸਲਾ ਆਉਣ ਵਾਲੇ ਸਮੇਂ 'ਚ ਹੈਗਾ ਆ। ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਇਸ ਦੇ ਜਿਹੜੇ ਰਗੜੇ ਦੇ ਵਿੱਚ ਜਿਹੜੇ ਉਹ ਆਉਣੇ ਨੇ, ਖਾਸ ਕਰਕੇ ਜਿਹੜੇ ਕੋਈ ਵਰਕ ਪਰਮਿਟ ਦੇ ਆ, ਜਿਨ੍ਹਾਂ ਨੇ ਜੇ ਕੋਈ ਪੋਲੀਟੀਕਲ ਅਸਾਈਲਮ ਵਗੈਰਾ ਅਪਲਾਈ ਕੀਤਾ ਹੋਇਆ ਆ ਉਹ ਅਜੇ ਲੋਅ ਇਨਕਮ ਦੇ ਵਿੱਚ ਆਉਂਦੇ ਨੇ, ਇਹਦਾ ਮਤਲਬ ਆ ਵੀ ਉਹ ਅਮਰੀਕਾ ਤੁਹਾਨੂੰ ਇੱਥੇ ਰੱਖ ਕੇ ਜਿਹੜਾ ਉਹ ਖੁਸ਼ ਨਹੀਂ ਹੈਗਾ ਆ। ਜਿਹੜੇ ਦਹਾਕੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਪੱਕਿਆਂ ਹੋਣ ਦੇ ਲਈ ਉਮੀਦਾਂ ਲਾਈ ਬੈਠੇ ਹੋ, ਉਹਨਾਂ ਸਾਰਿਆਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਪਾਣੀ ਫਿਰਦਾ ਜਿਹੜਾ ਉਹ ਨਜ਼ਰ ਇਹਨਾਂ ਦਾ ਆ ਰਿਹਾ ਆ। ਨਾ ਉਹ ਬੰਦੇ ਉੱਧਰ ਦੇ ਰਹੇ ਨਾ ਉਹ ਇੱਧਰ ਦੇ ਰਹੇ, ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਭਵਿੱਖ ਦੇ ਵਿੱਚ ਉਹ ਕਿੱਧਰ ਨੂੰ ਜਾਣਗੇ। ਬਹੁਤ ਸਾਰੇ ਲੋਕ ਘਬਰਾਏ ਹੋਏ ਵੀ ਆ, ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਆ ਜੇ ਕਿਸੇ ਦੀ ਕੋਈ ਪ੍ਰੋਬਲਮ ਹੈਗੀ ਆ ਨਾ, ਇਹਨੂੰ ਲੱਗਦਾ ਆ ਵੀ ਤੁਸੀਂ ਆਪਣੇ ਜਿਹੜਾ ਤੁਹਾਡੇ ਲੋਇਰ ਹੈਗਾ ਕੋਈ ਵੀ ਇਮੀਗ੍ਰੇਸ਼ਨ ਦਾ ਉਹਦੇ ਨਾਲ ਜਿਹੜੀ ਗੱਲਬਾਤ ਕਰੋ ਤਾਂ ਕਿ ਉਹ ਤੁਹਾਨੂੰ ਦੱਸ ਦੇ ਚੈੱਕ ਕਰਕੇ ਭਈ ਆਹ ਜਿਹੜਾ ਬੈਨੀਫਿਟ ਹੈਗਾ ਇਹ ਤੁਹਾਡੇ 'ਤੇ ਕਿਤੇ ਅਸਰ ਤਾਂ ਨਹੀਂ ਕਰੂਗਾ, ਅਤੇ ਨਹੀਂ ਤਾਂ ਕਿਤੇ ਉਹੀ ਨਾ ਗੱਲ ਹੋਵੇ ਮੁੜ ਕੇ ਤੁਹਾਡਾ ਜਿਹੜਾ ਵਰਕ ਪਰਮਿਟ ਤੋਂ ਗ੍ਰੀਨ ਕਾਰਡ ਮਿਲਣਾ ਉਹ ਨਾ ਮਿਲੇ ਜਾਂ ਗ੍ਰੀਨ ਕਾਰਡ ਮਿਲਿਆ ਆ ਉਹ ਰਿਨਿਊ ਨਹੀਂ ਹੋਣਾ। ਸੋ ਇਹ ਜਿਹੜੀਆਂ ਚੀਜ਼ਾਂ ਹੈ ਬਹੁਤ ਧਿਆਨ ਰੱਖਣ ਯੋਗ ਹੈਗੀਆਂ। ਕਈ ਵਾਰੀ ਕੀ ਹੁੰਦਾ ਨਾ ਵੀ ਆਪਾਂ ਮਿਸਯੂਜ਼ ਵੀ ਬਹੁਤ ਹੁੰਦਾ ਸਿਸਟਮ, ਆਪਾਂ ਦੇਖਦੇ ਹਾਂ ਨਵੇਂ ਬੰਦੇ ਆਉਂਦੇ ਆ ਆਉਂਦੇ ਸਿੱਧੇ ਮੈਡੀਕਲ ਕਾਉਂਟੀ ਦਾ ਅਪਲਾਈ ਕਰ ਦਿੰਦੇ, ਜਦੋਂ ਕਿ ਜਿਹੜਾ ਹੁਣ ਜਿਸ ਬੰਦੇ ਨੇ ਅਪਲਾਈ ਕੀਤਾ ਆ ਹੁਣ ਸਾਈਨ ਕੀਤੇ ਆ ਵੀ 5 ਸਾਲਾਂ ਤੱਕ ਇਹ ਕੋਈ ਵੀ ਗਵਰਨਮੈਂਟ ਦਾ ਬੈਨੀਫਿਟ ਨਹੀਂ ਲਊਗਾ, ਪਰ ਹਾਲਾਂਕਿ ਉਹਨੂੰ ਜ਼ਰੂਰਤ ਵੀ ਨਹੀਂ ਹੁੰਦੀ। ਕਈ ਚੰਗੇ ਭਲੇ ਹੁੰਦੇ, ਮੰਨ ਲਓ ਵੀ 35-40 ਸਾਲ ਦੇ ਹੈਗੇ ਆ, ਉਹ ਵੀ ਕਾਉਂਟੀ ਦਾ ਮੈਡੀਕਲ ਆ, ਜੇ ਤੁਹਾਨੂੰ ਜ਼ਰੂਰਤ ਨਹੀਂ ਤੁਸੀਂ ਕਾਹਦੇ ਲੈਂਦੇ ਆ, ਰਾਈਟ? ਸੋ ਨਾਲੇ ਜੇ ਤੁਸੀਂ ਕੰਮ ਕਰਦੇ ਆ ਤਾਂ ਤੁਸੀਂ ਕੰਮ ਤੋਂ ਇੰਸ਼ੋਰੈਂਸ ਲੈ ਸਕਦੇ ਆ, ਓਬਾਮਾ ਕੇਅਰ ਲੈ ਸਕਦੇ ਆ ਜਾਂ ਹੋਰ। ਸੋ ਇਹ ਜਿਹੜੀਆਂ ਨਾ, ਹਾਂ ਜੇ ਕੋਈ ਬਿਮਾਰ ਹੋ ਗਿਆ ਜੇ ਤਾਂ ਕੋਈ ਆਲਟਰਨੇਟਿਵ ਨਹੀਂ ਉਹ ਤਾਂ ਚਲੋ ਮੰਨੇ ਵੀ ਹੁਣ ਮਜ਼ਬੂਰੀ ਬਸ, ਪਰ ਜਦੋਂ ਮਿਸਯੂਜ਼ ਇੰਨਾ ਹੁੰਦਾ ਆ ਫਿਰ ਜਿਹੜੀ ਗਵਰਨਮੈਂਟ ਆ ਉਹ ਇੱਦਾਂ ਦੇ ਜਿਹੜੀ ਰੂਲ ਬਣਾਉਂਦੀ ਹੈਗੀ ਆ। ਹਾਲਾਂਕਿ ਬਹੁਤ ਸਾਰੇ ਜਿਹੜੇ ਸਿਟੀਜਨ ਆ ਅਮੈਰੀਕਾ ਦੇ ਵਿੱਚ 40-45 ਮਿਲੀਅਨ ਲੋਕ ਫੂਡ ਸਟੈਂਪ ਜਾਂ ਇੱਦਾਂ ਦੇ ਲੈਂਦੇ ਹੈਗੇ ਆ, ਪਰ ਬਹਾਨਾ ਜਿਹੜਾ ਆ ਉਹਨਾਂ ਨੂੰ ਇਮੀਗ੍ਰੈਂਟ ਦੇ ਉਲਟ ਬਣ ਗਿਆ ਹੈਗਾ। ਬਿਲਕੁਲ ਜੀ, ਇਮੀਗ੍ਰੈਂਟਸ ਤਾਂ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਨੇ ਜਿਹੜੇ ਇਹਨਾਂ ਸਹੂਲਤਾਂ ਨੂੰ ਜਿਹੜਾ ਲੈ ਰਹੇ ਨੇ। ਬਹੁਤਾ ਜਿਹੜਾ ਮਿਸਯੂਜ਼ ਆ ਇੱਥੋਂ ਦਾ ਹੀ ਜਿਹੜਾ ਅਮੈਰੀਕਨ ਸਿਟੀਜਨ ਆ ਉਹੀ ਸਭ ਤੋਂ ਜ਼ਿਆਦਾ ਉਹ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹਨਾਂ ਨੂੰ ਜਿਹੜਾ ਉੱਥੋਂ ਜਿਹੜਾ ਉਹ ਕੱਢਿਆ ਨਹੀਂ ਜਾ ਸਕਦਾ। ਪਰ ਇਹ ਜਿਹੜੇ ਕਿਊਸੀਨੀਲੀ ਹੈਗੇ ਆ ਅਤੇ ਬਾਕੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸਪਸ਼ਟ ਜਿਹੜਾ ਕਰ ਦਿੱਤਾ ਆ ਵੀ ਇਹਨਾਂ ਨੂੰ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਕਹਿ ਲਓ ਵੀ ਲੈਟਿਨ ਅਮੈਰੀਕਨ ਮੁਲਕ ਅਤੇ ਜਾਂ ਜਿਹੜੇ ਏਸ਼ੀਅਨ ਜਿਹੜੇ ਉੱਥੋਂ ਆਪਣੇ ਵਾਲੇ ਜਿਹੜੇ ਕਈ ਜਿਹੜੇ ਆ ਰਹੇ ਨੇ। ਰਾਜਕਰਨਵੀਰ ਸਿੰਘ ਜੀ ਇੱਕ ਉਹਨਾਂ ਨੇ ਉਹ ਵੀ ਲਿਖਿਆ ਵੀ ਐਜੂਕੇਸ਼ਨ ਇੰਗਲਿਸ਼ ਵੀ ਕਿੰਨੀ ਕੁ ਆਉਂਦੀ ਆ, ਜੇ ਉਹਦੇ ਬੇਸ 'ਤੇ ਵੀ ਉਹ ਡਿਨਾਈ ਕਰ ਸਕਦੇ ਹੈਗੇ ਆ। ਉਹ ਤਾਂ ਅਜੇ ਵੀ ਜਿਹੜਾ ਉਹ ਕਰ ਵੀ ਸਕਦੇ ਆ, ਪਰ ਬਲੱਡ ਰਿਲੇਸ਼ਨ ਜਾਂ ਹੋਰ ਦੇ ਹਿਸਾਬ ਦੇ ਨਾਲ ਅਜੇ ਜਿਹੜਾ ਕੰਮ ਚੱਲੀ ਜਾਂਦਾ ਆ, ਪਰ ਆਉਣ ਵਾਲੇ ਸਮੇਂ 'ਚ ਲੱਗਦਾ ਵੀ ਉਹ ਵੀ ਹੌਲੀ ਹੌਲੀ ਇੱਥੋਂ ਖਤਮ ਹੋ ਜਾਵੇਗਾ, ਮੈਰਿਟ ਬੇਸਡ ਵਾਲੇ ਪਾਸੇ ਵੱਲ ਨੂੰ ਜਿਹੜਾ ਜਾਊਗਾ ਵੀ ਜਿੰਨੇ ਜਿੰਨੀ ਪੜ੍ਹਾਈ ਕੀਤੀ ਆ ਜਾਂ ਜਿੰਨਾ ਉਹਨੂੰ ਇੰਗਲਿਸ਼ ਦਾ ਸਕੋਰ ਹੁੰਦਾ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਪੁਆਇੰਟ ਬੇਸਡ ਜਿਹੜਾ ਉਹ ਬਣ ਸਕਦਾ ਹੈ। ਕਾਲਰ ਆਪਣੇ ਨਾਲ ਜੁੜੇ ਆ, ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਦੋਂ ਟਰੰਪ ਦੀ ਕੈਂਪੇਨ ਚੱਲਦੀ ਸੀ ਨਾ, ਤਾਂ ਤੁਹਾਡੇ ਸਟੇਸ਼ਨ ਤੇ ਕੁਛ ਸਟੂਡੈਂਟ ਆਏ ਸੀ ਜਿਹੜੇ ਕਲਿੰਟਨ ਦੇ ਆਪਣੇ ਟਰੰਪ ਦੀ ਸਪੋਰਟ ਦੇ ਵਿੱਚ, ਹਨਾ, ਕੈਂਪੇਨ ਲਈ ਜੀ। ਸ਼ਾਇਦ ਤੁਹਾਨੂੰ ਚੇਤਾ, ਮੈਨੂੰ ਪੱਕਾ ਚੇਤਾ, ਮੈਂ ਪੈਟਰੋਲ ਤੇ ਡੀਜ਼ਲ ਪਾਉਂਦੇ ਤੇ ਮਤਲਬ ਕਾਲ ਕੀਤੀ, ਮੈਂ ਕਿਹਾ ਵੀ ਇਹ ਖੁਦ ਨਹੀਂ ਬੰਦਾ, ਡੇ ਬਾਈ ਡੇ ਆਪਾਂ ਪਛਤਾਵਾਂਗੇ। ਚਲੋ ਉਦਣ ਮੈਂ ਇਹਦੇ ਅੰਗੇਜਡ ਸੀਗਾ, ਅੱਜ ਜੋ ਆ ਲਾ ਬਣਾ ਰਿਹਾ ਜੋ ਤੁਸੀਂ ਕਹਿ ਰਹੇ, ਹੋ ਸਕਦਾ ਤੁਸੀਂ ਵੀ ਤੇ ਸਰੋਤੇ ਮੇਰੇ ਨਾਲ 100% ਐਗਰੀ ਨਾ ਹੋਣ, ਪਰ ਮੇਰਾ ਵਿਚਾਰ ਆ ਕਿ ਆਹ ਜੋ ਲਾ ਆ ਇਹ ਬਿਲਕੁਲ ਸਹੀ ਆ ਜੀ। ਉਹਦਾ ਕਾਰਨ ਭਾਜੀ ਇਹ ਆ, ਮੈਂ ਬਹੁਤ ਫੈਮਿਲੀਆਂ ਨੂੰ ਜਾਣਦਾ, ਮਕਸੀਕਨਾਂ ਨੂੰ ਵੀ, ਉਹਨਾਂ ਨੇ ਮੇਰੇ ਤੋਂ ਘਰ ਰੈਂਟ ਤੇ ਲਏ ਤੇ ਹੋਰਾਂ ਨੂੰ ਵੀ, ਆਪਣੇ ਬੰਦਿਆਂ ਨੂੰ।
ਕੰਮ ਕਰ ਸਕਦੇ ਆ ਜੀ, ਬੈਨੀਫਿਟ ਸਾਰਾ ਕੁਛ ਉਹ ਤਾਂ ਲਾ ਰਹੇ, ਕਹਿੰਦੇ ਅਸੀਂ ਕੰਮ ਕਰਦੇ ਘੱਟ ਬਣਦੇ ਏਦਾਂ ਜ਼ਿਆਦਾ ਮਿਲ ਜਾਂਦੇ ਆ ਜੀ ਜੀ, ਉਹ ਜਾਣ ਕੇ ਨੀ ਕਰਨਾ ਚਾਹੁੰਦੇ। ਜੇ 100 ਬੰਦਾ ਇਸ ਵੇਲੇ ਬੈਨੀਫਿਟ ਲੈ ਰਿਹਾ ਨਾ, ਤੁਸੀਂ ਦੇਖੋ ਜਿੱਦਣ ਲਾਭ ਸ਼ੁਰੂ ਹੋ ਗਿਆ ਤੇ 80 ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਜੀ ਜੀ, ਸਾਰਿਆਂ ਨੇ ਨੀ ਜਾਣਾ ਜੀ ਜੀ, ਬੜੇ ਸੋਹਣੇ ਹੈਲਥੀ ਆ। ਫਿਰ ਦੂਜੀ ਗੱਲ ਆ, ਕੱਲੇ ਅਸੀਂ ਪੰਜਾਬੀ ਨਹੀਂ, ਚੀਨੇ ਦੂਜੇ ਸਾਰੇ ਬਹੁਤ ਬਹੁਤ ਵਧੀਆ ਬਿਜ਼ਨਸ ਆ, ਚੰਗੇ ਖਾਂਦੇ ਪੀਂਦੇ ਆ, ਤੇ ਸਿੱਧੇ ਤੋਂ ਆਪਣੇ ਮਾਪੇ ਦੇ ਲੈ ਰਹੇ ਆ ਪੈਸੇ, ਮੈਡੀਕਲ ਵਗੈਰਾ ਪੈਸੇ ਲੈ ਰਹੇ ਆ। ਇਹਨਾਂ ਨੂੰ ਅਸੀਂ ਰੋਟੀ ਨੀ ਦੇ ਸਕਦੇ, ਜਿਹੜਾ ਤੁਸੀਂ ਪਹਿਲਾਂ ਕਿਹਾ ਨਾ ਵੀ ਜਿਹਨੇ ਰਿਸਪੋਂਸੀਬਿਲਿਟੀ ਲਈ ਹੁੰਦੀ ਆ ਵੀ ਮੈਂ ਕਰੂੰਗਾ, ਉਹ ਵੀ ਨੀ ਦਿੰਦੇ, ਜੋ ਕਿ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਹੁਣ ਆਪਾਂ ਇੱਕ ਗੱਲ ਦੇਖੀਏ, ਜੇ ਆਪਣੇ ਘਰ ਦੇ ਵਿੱਚ ਸਾਰੇ ਮੈਂਬਰ ਕੋਈ ਕੰਮ ਕਰੇ ਨਾ, ਖਾਣ ਤੇ ਹੋ ਜਾਣ, ਤੇ ਘਰ ਦੀ ਹਾਲਾਤ ਕੀ ਹੋਊਗੀ, ਹਨਾ ਜੀ ਜੀ। ਕੁਛ ਕੁ ਬੰਦਿਆਂ ਨੂੰ ਤੇ ਵਿੱਚ ਰਗੜਾ ਲੱਗੂਗਾ, ਮੈਂ ਐਗਰੀ ਹਾਂ ਤੁਹਾਡੇ ਨਾਲ, ਪਰ ਬਹੁਤੇ ਬੰਦੇ ਮੈਂ ਗਰੰਟੀ ਕਰਦਾ ਉਹਨਾਂ ਨੇ ਬੰਦਿਆਂ ਨੂੰ ਕੰਮ ਕਰਨ ਲੱਗ ਪੈਣਾ, ਬੈਨੀਫਿਟ ਲੈਣੇ ਛੱਡ ਦੇਣੇ, ਜਾਣ ਕੇ ਨੀ ਕਈ ਕੰਮ ਕਰਦੇ, ਚਾਹੁੰਦੇ ਹੋਏ ਵੀ 35-35, 30-35-35 ਸਾਲ ਦੇ ਬੰਦੇ ਕੰਮ ਨੀ ਕਰਦੇ, ਬੈਨੀਫਿਟ ਲੈ ਰਹੇ, ਹੈਲਥੀ ਆ ਪੂਰੇ ਜੀ ਬਿਲਕੁਲ। ਉਹ ਕਿਉਂਕਿ ਮਿਸ ਯੂਜ਼ ਕਰਦੇ ਨਾ ਸਿਸਟਮ ਨੂੰ, ਜਦੋਂ ਇੰਨਾ ਜ਼ਿਆਦਾ ਮਿਸ ਯੂਜ਼ ਬਹੁਤਾ ਕਰਦੇ ਖਾਸ ਕਰ ਜੀ। ਮੈਨੂੰ ਇਸ ਵੇਲੇ 36 ਸਾਲ ਹੋ ਗਏ ਅਮਰੀਕਾ ਚ ਆਏ ਨੂੰ, ਇਹ ਨੀ ਪਤਾ ਵੀ ਅਨਪਲਾਇਮੈਂਟ ਆਫਿਸ ਕਿੱਥੇ ਆ, ਸਾਰਾ ਕੁਛ ਕੰਮ ਕਰਦੇ, ਮਿਹਨਤ ਕਰਦੇ, ਹੈਲਥੀ ਆ, ਕਰਨਾ ਚਾਹੀਦਾ ਜੀ। ਪਰ ਜਿਹੜਾ ਮਿਸ ਯੂਜ਼ ਹੋ ਰਿਹਾ ਨਾ, 80% ਇਹ ਮਿਸ ਯੂਜ਼ ਹੋ ਰਿਹਾ, ਉਹਦੇ ਨਾਲ ਬਹੁਤ ਲੋਕਾਂ ਨੇ ਕੰਮ ਵੀ ਕਰਨ ਲੱਗ ਪੈਣਾ ਤੇ ਕਾਨਵਾਈ ਵੀ ਠੀਕ ਹੋਊਗੀ। ਬਹੁਤ ਬਹੁਤ ਧੰਨਵਾਦ ਆ ਜੀ ਦਾ ਸਮਾਂ ਦੇਣ ਦਾ, ਜੇ ਕਿਸੇ ਦੇ। ਸੋ ਜੀ ਬਿਲਕੁਲ, ਸੋ ਇਹਨਾਂ ਦੇ ਕਹਿਣ ਮੁਤਾਬਕ 100 ਪਰਿਵਾਰਾਂ ਚੋਂ 80 ਜਿਹੜੇ ਪਰਿਵਾਰ ਆ ਉਹ ਸਰਕਾਰ ਜਿਹੜੀ ਉਹ ਪਾਲ ਰਹੀ ਆ, ਜਿੱਦਾਂ ਇਹ ਇਹ ਕਹਿ ਰਹੇ ਨੇ। ਪਰ ਗੱਲ 80% ਕਹਿ ਰਹੇ ਨਾ ਵੀ ਮਿਸ ਯੂਜ਼ ਜਿਹੜਾ ਉਹ ਕਰ ਰਹੇ ਨੇ ਹੁਣ ਆਪਣੀ ਕਮਿਊਨਿਟੀ, ਤੇ ਜਿਹੜੀ ਦੂਜੀ ਕਮਿਊਨਿਟੀ ਆ ਇਹ ਤਾਂ ਚਲੋ ਇਹ ਜਾਣਦੇ ਹੋਣਗੇ ਜ਼ਿਆਦਾ ਵੀ ਇਹਨਾਂ ਦੇ ਕੋਲ ਸ਼ਾਇਦ ਅੰਕੜੇ ਜ਼ਿਆਦਾ ਹੋਣਗੇ। ਅਤੇ ਇੱਕ ਇਹ ਵੀ ਚੀਜ਼ ਆ ਵੀ ਫਿਰ ਛਾਪੇਮਾਰੀ ਵਰਕ ਪਲੇਸਾਂ ਦੇ ਉੱਤੇ ਕਿਉਂ ਹੁੰਦੀ ਆ, ਜੇ ਕੰਮ ਨਹੀਂ ਕਰਦੇ, ਜੇ ਕਹਿੰਦੇ ਆ ਵੀ ਉਹ ਕੰਮ ਨਹੀਂ ਕੋਈ ਵੀ ਕਰ ਰਿਹਾ, ਵਰਕ ਪਲੇਸ ਦੇ ਉੱਤੇ ਛਾਪੇਮਾਰੀ ਹੋ ਰਹੀ, ਫੜਦੇ ਜਿਹੜੇ ਆ ਉਹ ਕੰਪਨੀਆਂ ਦੇ ਵਿੱਚੋਂ ਆ ਲੋਕਾਂ ਨੂੰ, ਇਹ ਸਮਝ ਨਹੀਂ ਆ ਰਹੀ ਵੀ ਉਹ ਕਹਿੰਦੇ ਵੀ ਉਹ ਲੇਜ਼ੀ ਵੀ ਉਹ ਨੇ ਅਤੇ ਕੰਮ ਕਰਦੇ ਵੀ ਇਹੀ ਨੇ ਜਿਹੜੇ ਕਹਿੰਦੇ ਅਮਰੀਕਨ ਲੋਕਾਂ ਦੀਆਂ ਜੋਬਾਂ ਵੀ ਇਹਨਾਂ ਨੇ ਖੋਲੀਆਂ ਅਤੇ ਕੰਮ ਵੀ ਨਹੀਂ ਕਰ ਰਹੇ। ਸੋ ਇਹ ਇਹ ਆਈ ਥਿੰਕ ਇਹ ਕਿਤੇ ਨਾ ਕਿਤੇ ਦੋਨੋਂ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਕੰਟਰਾਡਿਕਟਰੀ ਜਿਹੜੀਆਂ ਹੋ ਜਾਂਦੀਆਂ ਆ, ਛਾਪੇਮਾਰੀ ਕਰਕੇ ਜਿਹੜੀ ਫੜੋ ਫੜਾਈ ਆ ਉਹ ਕੰਪਨੀਆਂ 'ਚ ਹੋ ਰਹੀ ਆ, ਅਤੇ ਲੇਜ਼ੀ ਵੀ ਇਹ ਸਭ ਤੋਂ ਜ਼ਿਆਦਾ ਹੈਗੀਆਂ ਨੇ। ਸੋ ਬਿਲਕੁਲ, ਇਹ 837 ਪੇਜ ਦਾ ਜਿਹੜਾ ਰੂਲ ਆ ਇਹ ਉਹਨਾਂ ਨੇ ਪੂਰੀ ਬੁੱਕਲੈਟ ਬਣਾਈ ਹੈਗੀ ਆ, ਅਤੇ USCIS ਦੀ ਰਿਪੋਰਟ ਦੇ ਮੁਤਾਬਕ 382,000 ਲੋਕਾਂ ਦੇ ਉੱਤੇ ਔਲਰੇਡੀ ਇਹਦਾ ਅਸਰ ਪਏਗਾ। ਸੋ ਔਲਰੇਡੀ ਉਹਨਾਂ ਨੇ ਇਹ ਫਿਗਰ ਆਊਟ ਕਰ ਲਏ ਹੈਗੇ ਆ ਵੀ ਜਿਹੜੇ ਬੰਦੇ ਕਿਸੇ ਤਰ੍ਹਾਂ ਦਾ ਪਬਲਿਕ ਬੈਨੀਫਿਟ ਲੈਂਦੇ ਸੀ ਉਹ ਉਹਨਾਂ ਨੇ ਇੰਨੇ ਕਾਊਂਟ ਕੀਤੇ ਹੈਗੇ ਆ। ਤੇ ਪਰ ਬਹੁਤ ਸਾਰੇ ਜਿਹੜੇ ਜਿਹੜੇ ਐਡਵੋਕੇਸੀ ਗਰੁੱਪਸ ਹੈਗੇ ਆ, ਖਾਸ ਕਰਕੇ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਜਿਹੜੀਆਂ ਇਮੀਗ੍ਰੈਂਟਸ ਐਡਵੋਕੇਸੀ ਲਈ ਕੰਮ ਕਰਦੀਆਂ, ਉਹ ਕਹਿੰਦੇ ਵੀ ਤੁਸੀਂ ਇਹ ਨਾ ਇਕੱਲੇ ਸੋਚੋ 382,000 ਆ, ਇਹ ਮਿਲੀਅਨਸ ਆਫ ਲੋਕ ਇਹਦੇ ਨਾਲ ਜਿਹੜੇ ਆ ਅਫੈਕਟ ਹੋਣੇ ਹੈਗੇ ਆ। ਅਤੇ ਨਿਊਯਾਰਕ ਦੇ ਅਟੋਰਨੀ ਜਨਰਲ ਲਟੀਸ਼ੀਆ ਜੇਮਸ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਮੈਂ ਇਸ ਨੂੰ ਜਿਹੜਾ ਆ ਕੋਰਟ ਦੇ ਵਿੱਚ ਚੈਲੇਂਜ ਕਰੂੰਗੀ। ਸੋ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਵੀ ਅਸੀਂ ਪੂਰਾ ਇਹਨੂੰ ਕੋਰਟ ਦੇ ਹਿਸਾਬ ਨਾਲ ਤਿਆਰ ਕੀਤਾ ਆ, 2 ਮਹੀਨੇ ਲਾ ਕੇ ਅਸੀਂ ਜਿਹੜੇ ਕਮੈਂਟ ਵੀ ਲਏ ਆ, ਕਮੈਂਟ ਵੀ ਬਹੁਤ ਜ਼ਿਆਦਾ ਆਏ ਸੀ, ਉਸ ਤੋਂ ਬਾਅਦ ਇਹ ਜਿਹੜਾ ਆ ਇਸ ਨੂੰ ਪ੍ਰਿਪੇਅਰ ਕੀਤਾ ਗਿਆ ਆ, ਅਤੇ ਹੁਣ ਜਾ ਕੇ ਜਿਹੜਾ ਆ ਇਹ 15 ਅਕਤੂਬਰ ਤੋਂ ਜਿਹੜਾ ਰੂਲ ਆ ਇਹ ਲਾਗੂ ਹੋਊਗਾ। ਕਰੰਟ ਰੈਗੂਲੇਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 1996 ਦੇ ਵਿੱਚ ਪਬਲਿਕ ਚਾਰਜ ਉਹਨੇ ਡਿਫਾਈਨ ਕੀਤਾ ਸੀ, ਪਰ ਉਹਦੇ ਉਸ ਟਾਈਮ ਦੇ ਉੱਤੇ ਸਿਰਫ ਉਹਨਾਂ ਨੇ ਕੈਸ਼ ਬੈਨੀਫਿਟਸ ਰੱਖੇ ਸੀ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਸੀ ਜਿਨ੍ਹਾਂ ਦੀ ਲੋ ਇਨਕਮ ਹੁੰਦੀ ਸੀ ਉਹਨਾਂ ਨੂੰ ਕੈਸ਼ ਬੈਨੀਫਿਟ ਵੀ ਦਿੰਦੇ ਸੀ। ਅਤੇ ਉਹ ਤੋਂ ਬਾਅਦ ਜਿਹੜੇ ਆ ਹੁਣ ਹੋਰ ਜਿਹੜੇ ਪ੍ਰੋਗਰਾਮ ਆ ਉਹ ਐਡ ਕੀਤੇ ਗਏ ਹੈਗੇ ਆ ਜੀ, ਹੌਲੀ ਹੌਲੀ ਸਾਰੇ ਜਿਹੜੇ ਪ੍ਰੋਗਰਾਮ ਇਸ ਦੇ ਵਿੱਚ ਇਹਨਾਂ ਦੇ ਐਡ ਕਰਨ ਦੀ ਜਿਹੜੀ ਸੰਭਾਵਨਾ ਜਿਹੜੀ ਵਧੀ ਆ। ਹੁਣ ਤੁਸੀਂ ਕਹਿੰਦੇ ਅੱਜ ਤਾਂ ਉਹ ਕੰਮ ਕਰ ਲੈਣਗੇ, ਪਰ ਉਹਨਾਂ ਨੇ ਤਾਂ ਪਿਛਲੇ 3 ਸਾਲ ਦਾ ਦੇਖਣਾ, ਜਿਨ੍ਹਾਂ ਨੇ ਉਹਦੇ ਵਿੱਚੋਂ ਵੀ 12 ਵਾਰੀ ਸਹੂਲਤ ਜਿਹੜੀ ਉਹ ਲੈ ਲਈ ਹੋਈ 36 ਮਹੀਨਿਆਂ ਦੇ ਵਿੱਚ 12 ਵਾਰੀ, ਜੇ ਮਹੀਨੇ 'ਚ ਕਿਸੇ ਨੇ 2-3 ਚੀਜ਼ਾਂ ਇਕੱਠੀਆਂ ਲੈ ਲਈਆਂ, 3 ਮਹੀਨੇ ਕਾਊਂਟ ਹੋ ਜਾਣੇ ਆ। ਸੋ ਉਹ ਤਾਂ ਰਗੜੇ ਜਾਣਗੇ ਡੈਫੀਨੇਟਲੀ, ਜਿਹੜੇ ਪੁਰਾਣੇ ਕਰਦੇ ਆ ਰਹੇ ਆ, ਜਿਹੜਾ ਇਹਨੂੰ ਇਹ ਇਹ ਸੀਗਾ ਜਿਹਨਾਂ ਜਿਹੜੇ ਸੋਚਦੇ ਸੀਗੇ ਵੀ ਸਾਨੂੰ ਕੁਛ ਹੋ ਨਹੀਂ ਸਕਦਾ, ਜਿਹੜੇ ਚੰਗੇ ਭਲੇ ਵੀ ਜਿਹੜੇ ਧੱਕੇ ਦੇ ਨਾਲ ਹੀ ਜਿਹੜਾ ਯੂਜ਼ ਕਰੀ ਜਾ ਰਹੇ ਸੀ, ਉਹਨਾਂ ਦੇ ਨਾਲ ਨਾਲ ਜਿਹੜੇ ਲੋੜਵੰਦ ਵੀ ਸੀਗੇ ਉਹਨਾਂ ਦੇ ਨਾਲ ਵੀ ਜਿਹੜਾ ਕਾਫੀ ਜਿਹੜਾ ਇਸ ਦੇ ਵਿੱਚ ਧੱਕਾ ਹੋ ਜਾਣਾ। 3 ਲੱਖ ਕਹਿ ਰਹੇ ਨੇ ਹਰਜੋਤ ਸਿੰਘ ਜੀ, ਪਰ ਇਹ ਅੰਕੜਾ ਕਾਫੀ ਜ਼ਿਆਦਾ ਜਿਹੜਾ ਇਸ ਦੇ ਵਿੱਚ ਉਹ ਵਧੇਗਾ, ਕਿਉਂਕਿ ਇਹਨਾਂ ਨੇ ਇਹੀ ਨਹੀਂ, ਇਹਨਾਂ ਨੇ ਜਿਹੜੇ ਨਵੇਂ ਕੋਈ ਅਪਲਾਈ ਕਰ ਰਿਹਾ ਆ
ਉਹਨਾਂ ਦੇ ਉੱਤੇ ਵੀ ਇਸ ਚੀਜ਼ ਨੂੰ ਜਿਹੜਾ ਉਹ ਲਾਗੂ ਕਰਨਾ ਆ। ਅਤੇ ਬਹੁਤ ਸਾਰੇ ਜਿਹੜੇ ਲੋਕ ਐਫੀਡੈਵਿਟ ਆਫ ਸਪੋਰਟ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਜਿਹੜੇ ਉਹ ਅੱਗੇ ਦਿੰਦੇ ਸੀ ਉਹ ਵੀ ਕੰਨੀ ਕਤਰਾਉਣਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਲਾਇਬਲ ਰੱਖਣਾ ਆ ਵੀ ਜੇ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਲੈ ਰਹੇ ਹੋ ਤਾਂ ਤੁਹਾਨੂੰ ਉਹ ਜ਼ਿੰਮੇਵਾਰੀ ਐਕਚੁਅਲ 'ਚ ਚੱਕਣੀ ਪੈਣੀ ਆ, ਉਹ ਸਰਕਾਰ ਦੇ ਉੱਤੇ ਭਾਰ ਜਿਹੜਾ ਉਹ ਨਾ ਬਣੇ। ਅਤੇ ਜੋ ਕਿ ਐਫੀਡੈਵਿਟ ਆਫ ਸਪੋਰਟ ਉਹ ਕਹਿੰਦਾ ਹੀ ਆ ਵੀ ਜੇ ਵੀ ਅਸੀਂ ਆਉਣ ਵਾਲੇ 3-5 ਸਾਲ ਦੇ ਲਈ ਜਿੰਨਾ ਵੀ ਉਸਦੇ ਵਿੱਚ ਲਿਖਿਆ ਹੁੰਦਾ ਆ ਵੀ ਇਹਨੇ ਦੀ ਲਈ ਇਹਨਾਂ ਦੀ ਫਾਈਨੈਂਸ਼ੀਅਲ ਜ਼ਿੰਮੇਵਾਰੀ ਚੱਕ ਰਹੇ ਹਾਂ। ਐਫੀਡੈਵਿਟ ਆਫ ਸਪੋਰਟ ਦਾ ਮਤਲਬ ਵੀ ਮਕਸਦ ਹੀ ਜਿਹੜਾ ਇਹ ਹੁੰਦਾ ਆ ਜੇ ਬਾਅਦ ਵਿੱਚ ਵੀ ਉਹਨਾਂ ਨੇ ਸਰਕਾਰ ਤੋਂ ਹੀ ਜਿਹੜਾ ਫਿਰ ਲੈਣਾ ਆ ਅਤੇ ਫਿਰ ਸਰਕਾਰ ਨੇ ਇੱਦਾਂ ਦੇ ਕਦਮ ਜਿਹੜੇ ਉਹ ਚੱਕਣੇ ਸੀ। ਬਿਲਕੁਲ, ਕੁਛ ਕੁ ਐਕਸੈਪਸ਼ਨ ਜ਼ਰੂਰ ਆਪਾਂ ਜਿੰਨੇ ਕੁ ਪੜ੍ਹੀਆਂ ਹੈਗੀਆਂ ਉਹ ਦੱਸੀਆਂ ਉਹਨਾਂ ਨੇ ਵੀ ਜੇ ਕੋਈ ਐਕਟਿਵ ਹੈਗਾ ਡਿਊਟੀ ਮੈਂਬਰ ਮਿਲਟਰੀ ਦਾ ਉਹਨੂੰ ਐਕਸਕਲੂਡ ਕੀਤਾ ਗਿਆ ਵੀ ਉਹ ਨਹੀਂ ਕਾਊਂਟ ਹੋਊਗਾ। ਮੈਡੀਕੇਡ ਫੋਰ ਪ੍ਰੈਗਨੈਂਟ ਵਿਮੈਨ, ਕੋਈ ਲੇਡੀ ਪ੍ਰੈਗਨੈਂਟ ਹੈਗੀ ਆ ਉਹ ਮੈਡੀਕੇਡ ਲੈਂਦੀ ਹੈਗੀ ਆ, ਅਤੇ ਬੱਚੇ ਜਿਹੜੇ 21 ਸਾਲ ਤੋਂ ਥੱਲੇ ਹੈਗੇ ਆ ਅਤੇ ਐਮਰਜੈਂਸੀ ਮੈਡੀਕਲ ਕੇਅਰ, ਇਹ ਜਿਹੜਾ ਆ ਇਸ ਨੂੰ ਨਹੀਂ ਕਾਊਂਟ ਕੀਤਾ ਗਿਆ। ਹੋਰ ਜਿੰਨੀ ਕੁ ਜਿੱਦਾਂ ਹੌਲੀ ਹੌਲੀ ਹੁਣ ਕਾਫੀ ਡਿਟੇਲਸ ਆ ਰਹੀਆਂ ਕਿਉਂਕਿ 857 ਪੇਜ ਦਾ ਮੈਂ ਦੱਸਿਆ ਵੀ ਉਹ ਉਹਨਾਂ ਨੇ ਪੂਰਾ ਰਜਿਸਟਰ ਬਣਾਇਆ, ਅਤੇ ਫਿਰ ਜਿੱਦਾਂ ਜਿੱਦਾਂ ਡਿਟੇਲ ਆਉਂਦੀ ਜਾਊਗੀ ਜ਼ਰੂਰ ਆਪਾਂ ਆਪਣੇ ਜਿਹੜੇ ਸਰੋਤੇ ਉਹਨਾਂ ਨਾਲ ਇਹ ਸਾਂਝੀ ਕਰਦੇ ਜਾਵਾਂਗੇ। ਜੀ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ, ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮੌਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕਵਿਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 9.9 ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮੌਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 916-999-5000, 916-999-5000, loanfactory.com, 916-999-5000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50-70% ਘੱਟ ਕੀਮਤਾਂ ਤੇ। ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰੌ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾਂ 530-415-5959 ਤੇ, ਯਾਨੀ 530-415-5959 ਤੇ, ਜਾਂ ਫਿਰ 530-376-63 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 530-300-7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਣੀਆਂ ਕੋਕਾ ਕੜਵਾ ਦੇ ਮਹਿਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ, ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜਵੈਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜਵੈਲਰ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 916-912-8842, 916-912-8842। ਪਤਾ ਨੋਟ ਕਰੋ 6930 65th Street, ਨੰਬਰ 115, ਚਾਈਨਾ ਟਾਊਨ ਸੁਪਰ ਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916-912-8842, 916-912-8842, ਬੱਗਾ ਜਵੈਲਰਸ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ
ਪਤਾ ਕਰੀਏ ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸਾਂਭਿਆ ਜਾਣਾ। ਮਿਰਾਜ ਫੋਰ ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਅੰਸ। ਫਾਰ ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ ਅਖਤਰ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਰੋਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਜੀ ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਫਿਰ ਪਿਆਰ ਅਤੇ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ। ਸੋ ਜਿਸ ਤਰ੍ਹਾਂ ਰਾਜਕਰਨਵੀਰ ਸਿੰਘ ਜੀ ਆਪਾਂ ਪਬਲਿਕ ਚਾਰਜ ਦੀ ਗੱਲ ਕਰਦੇ ਸੀ, ਉਹ ਤਾਂ ਹੁਣ ਤੁਹਾਨੂੰ ਪਤਾ ਲੱਗੇਗਾ ਵੀ ਕਿਹੜੀ ਕਿਹੜੀ ਚੀਜ਼ ਪਬਲਿਕ ਚਾਰਜ ਆ। ਕਹਿੰਦੇ ਵੀ USCIS ਵਾਲੇ ਜਿਹੜੇ ਹੈਗੇ ਆ, ਜਦੋਂ ਹੁਣ ਕਿਸੇ ਬੰਦੇ ਨੇ ਨਵੇਂ ਨੇ ਆਉਣਾ ਹੈਗਾ ਇੱਥੇ ਗ੍ਰੀਨ ਕਾਰਡ ਲੈ ਕੇ, ਮੰਨ ਲਓ ਵੀ ਤੁਸੀਂ ਹਸਬੈਂਡ ਵਾਈਫ ਅਪਲਾਈ ਕੀਤਾ ਆ, ਪੇਰੈਂਟਸ ਕੀਤੇ ਆ, ਬ੍ਰਦਰ ਸਿਸਟਰ ਆ, ਉਹ ਪਬਲਿਕ ਬੈਨੀਫਿਟਸ ਨੂੰ ਤਾਂ ਕਾਊਂਟ ਕਰੂਗੇ ਹੀ ਕਰੂਗੇ, ਅਤੇ ਐਕਸਟਰਾ ਜਿਹੜੀ ਆ ਉਹ ਆਉਣ ਵਾਲੇ ਬੰਦੇ ਦੀ ਐਜੂਕੇਸ਼ਨ ਵੀ ਦੇਖਣਗੇ ਵੀ ਕੀ ਉਹਦੀ ਐਜੂਕੇਸ਼ਨ ਆ, ਵੀ ਉੱਥੇ ਪਹੁੰਚ ਕੇ ਕਿਸੇ ਤਰ੍ਹਾਂ ਦੀ ਉਹ ਜੋਬ ਕਰ ਸਕਦਾ ਜਾਂ ਨਹੀਂ ਕਰ ਸਕਦਾ। ਹਾਊਸ ਹੋਲਡ ਇਨਕਮ ਜਿਹਨੂੰ ਉਹਨੂੰ ਅਪਲਾਈ ਕਰਨ ਵਾਲਾ ਜਾਂ ਕੋਈ ਹਸਬੈਂਡ ਵਾਈਫ ਆ ਜਾਂ ਬ੍ਰਦਰ ਸਿਸਟਰ ਆ ਉਹ ਅਫੋਰਡ ਕਰ ਸਕਦੇ ਆ, ਜਾਂ ਉਹਨਾਂ ਨੇ ਆਂਢੀਆਂ ਗੁਆਂਢੀਆਂ ਦੇ ਲੈ ਕੇ ਸਪੋਰਟ ਲੈਟਰ ਲਾਏ ਹੈਗੇ ਆ। ਅਤੇ ਤੀਸਰਾ ਜਿਹੜਾ ਮੇਨ ਹੈਲਥ, ਵੀ ਜਿਹੜਾ ਬੰਦਾ ਇੱਥੇ ਆ ਰਿਹਾ ਉਹਦੀ ਹੈਲਥ ਕਿੱਦਾਂ ਦੀ, ਪਹਿਲਾਂ ਹੀ ਤਾਂ ਨਹੀਂ ਬਿਮਾਰ ਹੈਗਾ। ਬਹੁਤ ਸਾਰੇ ਲੋਕਾਂ ਦੀਆਂ ਸਾਡੇ ਆਫਿਸ ਦੇ ਵਿੱਚ ਕਾਲਾਂ ਵੀ ਆਉਂਦੀਆਂ ਰਹਿੰਦੀਆਂ ਵੀ ਜੀ ਮੈਂ ਮਦਰ ਦਾ ਅਪਲਾਈ ਕੀਤਾ ਸੀ, ਫਾਦਰ ਦਾ, ਵੀ ਜੀ ਉਹਨਾਂ ਦੇ ਕੋਈ ਨਾ ਕੋਈ ਹੈਲਥ ਇਸ਼ੂ ਸੀ, ਉਹ ਹੁਣ ਕਹਿੰਦੇ ਤੁਸੀਂ ਲੌਂਗ ਟਰਮ ਕੇਅਰ ਇੰਸ਼ੋਰੈਂਸ USA ਤੋਂ ਲੈ ਕੇ ਦਿਓ ਫਿਰ ਵੀਜ਼ਾ ਦੇਣਾ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਦ ਇੱਥੇ ਤੁਹਾਡੇ ਕੋਲ ਸੋਸ਼ਲ ਸਕਿਉਰਟੀ ਨੰਬਰ ਨਹੀਂ, ਤੁਹਾਨੂੰ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਨਹੀਂ ਮਿਲ ਸਕਦੀ। ਇਸੇ ਤਰ੍ਹਾਂ ਇੱਕ ਦੋ ਹੋਰ ਸਾਡੇ ਇੱਥੇ ਰੇਡੀਓ ਸਟੇਸ਼ਨ ਦੇ ਕਾਲਸ ਆਈਆਂ, ਵੀ ਜੀ ਇੱਕ ਦੀ ਵੀ ਮੇਰੀ ਸਿਸਟਰ ਪ੍ਰੈਗਨੈਂਟ ਆ, ਮੇਰੀ ਵਾਈਫ ਪ੍ਰੈਗਨੈਂਟ ਹੈਗੀ ਆ, ਅਤੇ ਉਹ ਕਹਿੰਦੇ ਵੀ ਅਸੀਂ ਵੀਜ਼ਾ ਨਹੀਂ ਦੇਣਾ, ਤੁਸੀਂ ਇੱਥੋਂ ਜਾਂ ਤਾਂ ਇੰਸ਼ੋਰੈਂਸ ਲਓ ਹਸਪੀਟਲ ਤੋਂ ਪੈਸੇ ਦੇ ਕੇ, ਅਤੇ ਜਾਂ ਫਿਰ ਬੱਚੇ ਹੋਣ ਤੋਂ ਬਾਅਦ ਆਇਓ। ਸੋ ਇਹ ਆਲਰੇਡੀ ਲਾਗੂ ਹੋ ਚੁੱਕਾ ਹੈਗਾ ਜਿਹੜੇ ਨਵੇਂ ਆਉਂਦੇ। ਸਾਨੂੰ ਕਾਫੀ ਕਾਲਾਂ ਇੱਦਾਂ ਦੀਆਂ ਆਈਆਂ, ਬਜ਼ੁਰਗਾਂ ਦੀਆਂ ਤਾਂ ਬਹੁਤ ਆਈਆਂ ਵੀ ਜੀ ਉਹ ਉੱਥੇ ਉਹਨਾਂ ਨੂੰ ਆਹ ਥੋੜ੍ਹਾ ਜਿਹਾ ਇਸ਼ੂ ਸੀ ਅਤੇ ਉਹਨੇ ਜਿਹੜਾ ਵੀਜ਼ਾ ਦਿੱਤਾ ਨਹੀਂ ਹੈਗਾ, ਅਤੇ ਉਹ ਕਾਂਗਰਸ ਮੈਨਾਂ ਦੇ ਆਫਿਸ 'ਚ ਵੀ ਜਾ ਚੁੱਕੇ ਆ, ਵਕੀਲ ਜਿਹੜੇ ਆ ਉਹਨਾਂ ਨੂੰ ਵੀ ਕੁਛ ਨਹੀਂ ਪਤਾ ਲੱਗ ਰਿਹਾ। ਸੋ ਕਾਫੀ ਜਿਹੜਾ ਸਟ੍ਰਿਕਟ ਕੰਮ ਚੱਲ ਰਿਹਾ ਹੈਗਾ ਜੀ। ਬਿਲਕੁਲ, ਇੱਕ ਜਿਹੜੀ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਬਹੁਤ ਸਾਰੇ ਜਿਹੜੇ ਇੱਥੇ ਲੋਕ ਜਿਨ੍ਹਾਂ ਨੇ ਹੁਣ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ, ਜਿਨ੍ਹਾਂ ਨੇ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਕਰਾਈ ਆ, ਤੁਹਾਡੇ ਆਫਿਸ ਵਾਲਿਆਂ ਦੇ ਨਾਲ ਗੱਲ ਕਰਦੇ ਹੋਏ ਪਤਾ ਲੱਗ ਰਿਹਾ ਸੀ ਕਈ ਜਣੇ ਆ ਆਲਰੇਡੀ ਇਸਦਾ ਵਰਕ ਅਰਾਊਂਡ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਜੇ ਕੋਈ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਮੈਡੀਕਲ ਮਿਲ ਰਿਹਾ ਆ, ਅਤੇ ਜਾਂ ਘਰ ਵਾਲਾ ਜਾਂ ਘਰ ਵਾਲੀ ਉਹਨਾਂ 'ਚੋਂ ਇੱਕ ਜਣੇ ਦਾ ਜੇ ਸਟੇਟਸ ਗ੍ਰੀਨ ਕਾਰਡ ਵਾਲਾ ਨਹੀਂ ਆ, ਉਹਨੇ ਅਪਲਾਈ ਕਰਨਾ ਆ, ਉਹ ਕਹਿੰਦੇ ਵੀ ਸਾਡੀ ਜਿਹੜੀ ਆ ਉਸ ਹਿਸਾਬ ਦੇ ਨਾਲ ਇਨਸਨ ਮੈਨੂੰ ਜਾਂ ਉਹਨਾਂ ਨੂੰ ਮੈਡੀਕਲ 'ਚੋਂ ਕੱਢ ਦਿਉ, ਅਤੇ ਦੂਜੇ ਪਾਸੇ ਜਿਹੜਾ ਉਹ ਕਰਕੇ ਜਿਹੜਾ ਉਹ ਕਰ ਦਿਉ। ਉੱਦਾਂ ਹੋ ਨਹੀਂ ਸਕਦਾ, ਪੂਰੇ ਪਰਿਵਾਰ ਦੀ ਜਿਹੜੀ ਉਹ ਇਕੱਠੀ ਹੋਣੀ ਆ, ਜਾਂ ਵੱਖ ਵੱਖ ਜਿਹੜਾ ਤੁਹਾਨੂੰ ਉਹ ਫਾਈਲ ਕਰਕੇ ਟੈਕਸ ਫਿਰ ਉਹ ਕਰਨਾ ਪੈਣਾ, ਉਦੋਂ ਤਾਂ ਇਹ ਤੁਹਾਡੇ 12 ਮਹੀਨੇ ਪਹਿਲਾਂ ਹੀ ਪੂਰੇ ਹੋ ਜਾਣੇ ਆ, ਤੁਸੀਂ ਕੀ ਕਰ ਲਉਂਗੇ ਉਦੋਂ ਚਿਰ ਨੂੰ। ਸੋ ਇਹ ਜੇ ਤੁਸੀਂ ਇਹ ਅਖੀਰ ਦੇ ਵਿੱਚ ਹੁਣ ਸਾਰੇ ਜਣੇ ਹੱਥ ਪੱਲੇ ਜਿਹੜੇ ਉਹ ਮਾਰਨ ਦੀ ਕੋਸ਼ਿਸ਼ ਕਰ ਰਹੇ ਆ, ਸੋ ਇਹ ਬਿਲਕੁਲ ਜਿਹੜਾ ਅਬਿਊਜ਼ ਜਦੋਂ ਕਰਦੇ ਹੋ ਸਿਸਟਮ ਦਾ, ਅਤੇ ਜਦੋਂ ਸਿਸਟਮ ਉਹਦੇ 'ਤੇ ਸਿੱਧਾ ਹੋਣ ਲੱਗਦਾ ਆ, ਫਿਰ ਉਹ ਪ੍ਰੋਬਲਮ ਜਿਹੜੀ ਉਸ ਚੀਜ਼ ਦੇ ਵਿੱਚ ਆਉਂਦੀ ਹੈ। ਹੁਣ ਦੇਖੋ ਅਜਿਹਿਆਂ ਦੇ ਕਰਕੇ ਜਿਹੜੇ ਲੋੜਵੰਦ ਆ ਜਿਨ੍ਹਾਂ ਨੂੰ ਉਹ ਤਾਂ ਰਗੜੇ ਜਾਂਦੇ ਆ, ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਆ ਵੀ ਜਿਹੜੇ ਆਪਣੀ ਜਿਹੜੀ ਕਹਿ ਲਓ ਵੀ ਕਿਸੇ ਵੀ ਕਾਰਨਾਂ ਕਰਕੇ ਐਕਚੁਅਲ ਦੇ ਵਿੱਚ ਜਿਹੜੇ ਲੋੜਵੰਦ ਹੈਗੇ ਆ, ਉਹ ਇਹਨਾਂ ਲੋਕਾਂ ਦੇ ਕਰਕੇ ਜਿਨ੍ਹਾਂ ਨੇ ਅਬਿਊਜ਼ ਕੀਤਾ ਆ ਇਸ ਪੂਰੇ ਸਿਸਟਮ ਨੂੰ,
ਉਹ ਜਿਹੜੇ ਬੁਰੀ ਤਰ੍ਹਾਂ ਜਿਹੜੇ ਰਗੜ ਹੋਣਗੇ ਉਹ ਵਿਚਾਰੇ ਨਾ ਇੱਧਰ ਜੋਗੇ ਰਹਿਣਗੇ ਨਾ ਉਹ ਪਿੱਛੇ ਜਾਣ ਜੋਗੇ। ਸੋ ਬਿਲਕੁਲ ਅਸੀਂ ਕਈ ਵਾਰ ਦੇਖੀਦਾ ਵੀ ਨਵੇਂ ਪਰਿਵਾਰ ਆਉਂਦੇ ਆ, ਨਵੇਂ ਪਰਿਵਾਰ ਆਉਂਦੇ ਚੰਗੇ ਤਕੜੇ ਆ, ਉਹਨੇ ਕੰਮ ਵੀ ਕਰਨਾ ਆ। ਤਕੜੇ ਦਾ ਮਤਲਬ ਇਹ ਆ ਵੀ ਉਹਨਾਂ ਦੀ ਏਜ 50 ਸਾਲ ਤੋਂ ਥੱਲੇ ਆ, ਕੰਮ ਕਰਨਾ। ਉਹ ਫਿਰ ਜਿਨ੍ਹਾਂ ਨੇ ਸਪੋਂਸਰ ਕੀਤਾ ਹੁੰਦਾ ਉਹ ਜਾਂਦੇ ਸਿੱਧੇ ਕਾਉਂਟੀ ਦਾ ਮੈਡੀਕਲ ਕਰਦੇ। ਜਦੋਂ ਉਹਨਾਂ ਨੂੰ ਕਹੀਦਾ ਵੀ ਭਾਈ ਮੈਡੀਕਲ ਨਾ ਅਪਲਾਈ ਕਰੋ, ਤੁਸੀਂ ਐਫੀਡੇਵਿਟ ਆਫ ਸਪੋਰਟ 'ਚ ਲਿਖਿਆ ਆ ਵੀ ਇਹ ਬੈਨੀਫਿਟ ਨਹੀਂ ਲੈ ਸਕਦੇ, ਹੈ ਨਾ। ਉਹ ਕਹਿੰਦੇ ਸਾਰੀ ਦੁਨੀਆ ਲਈ ਜਾਂਦੀ ਆ। ਸੋ ਜਦੋਂ ਇਹ ਆਪਾਂ ਸੋਚਣ ਲੱਗ ਪੈਂਦੇ ਨਾ ਸਾਰੀ ਦੁਨੀਆ ਲਈ ਜਾਂਦੀ ਆ, ਫਿਰ ਜਿਹੜਾ ਸਿਸਟਮ ਆ ਉਹ ਮੈਸਅਪ ਹੁੰਦਾ, ਫਿਰ ਇੱਦਾਂ ਦੇ ਰੂਲ ਜਿਹੜੇ ਲਾਗੂ ਹੁੰਦੇ ਆ, ਅਤੇ ਫਿਰ ਜਿਸ ਤਰ੍ਹਾਂ ਤੁਸੀਂ ਕਹਿ ਹੀ ਰਹੇ ਸੀ ਵੀ ਜਿਹਨੂੰ ਸੱਚਮੁੱਚ ਹੀ ਜ਼ਰੂਰਤ ਹੁੰਦੀ ਆ, ਕੋਈ ਮੰਨ ਲਓ ਕਿਸੇ ਦਾ ਡਿਵੋਰਸ ਹੋ ਗਿਆ, ਕੋਈ ਕਿਸੇ ਦੀ ਸਿੱਖ ਹੈਗਾ ਨਹੀਂ ਜੋਬ ਕਰ ਸਕਦਾ, ਕੋਈ ਸਕਿੱਲ ਕਿਸੇ ਦਾ ਨਹੀਂ ਬਹੁਤ ਜ਼ਿਆਦਾ ਸਟਰੋਂਗ, ਕੋਈ ਕੋਈ ਇੱਦਾਂ ਦਾ ਗੁਜ਼ਾਰਾ ਕਰ ਰਿਹਾ ਵੀ ਉਹ ਆਉਂਦਾ ਹੀ ਜਿਹੜਾ ਲੋ ਇਨਕਮ ਦੇ ਵਿੱਚ, ਕਿਸੇ ਦੇ ਸੱਟ ਲੱਗ ਗਈ, ਕੁਛ ਹੋ ਗਿਆ। ਸੋ ਉਹ ਫਿਰ ਜਿਹੜੀ ਆ ਪ੍ਰੋਬਲਮ ਬਹੁਤ ਵੱਡੀ ਆਉਂਦੀ ਹੈਗੀ ਆ। ਸੋ ਇਸ ਕਰਕੇ ਆਪਾਂ ਹੁਣ ਨਹੀਂ ਹੈਗੇ, ਅਸੀਂ ਬਹੁਤ ਸਾਲਾਂ ਤੋਂ ਆਪਣੀ ਕਮਿਊਨਿਟੀ ਨੂੰ ਇਨਫੋਰਮ ਕਰਦੇ ਆਏ ਭਾਈ ਆਹ ਆਹ ਕੰਮ ਕਰੋ। ਕਈ ਵਾਰ ਕੀ ਹੁੰਦਾ ਕਾਲ ਕਰਕੇ ਇਹ ਵੀ ਕਹਿੰਦੇ ਲੈ ਜੀ ਇਹ ਤਾਂ ਡਰਾਈ ਜਾਂਦੇ ਆ, ਹੁਣ ਜਦੋਂ ਐਕਚੁਅਲ ਹੋ ਗਿਆ ਹੁਣ ਸਾਰਿਆਂ ਨੂੰ ਜਿਹੜਾ ਵਕਤ ਪਿਆ ਹੋਇਆ। ਸੋ ਬਿਲਕੁਲ ਜਿਹੜੀ ਗੱਲ ਸੁਣਨੀ ਚਾਹੀਦੀ ਹੈਗੀ ਆ, ਆਪਾਂ ਆਪਣੇ ਕੋਲੋਂ ਬਣਾ ਕੇ ਨਹੀਂ ਦੱਸਦੇ, ਜੋ ਨਿਊਜ਼ ਆਉਂਦੀ ਆ ਉਹੀ ਸ਼ੇਅਰ ਕਰਦੇ ਆ, ਨਾ ਹੀ ਅਸੀਂ ਕੋਈ ਸੁਜੈਸ਼ਨ ਦਿੰਦੇ ਹਾਂ, ਅਸੀਂ ਕਹਿੰਦੇ ਆਪਣੇ ਵਕੀਲ ਨਾਲ ਗੱਲ ਕਰੋ। ਪਰ ਇਹ ਆ ਵੀ ਹਰ ਇੱਕ ਆਪਣੇ ਦੋਸਤ ਮਿੱਤਰ ਨੂੰ ਦੱਸੋ ਵੀ ਜ਼ਰੂਰ ਪ੍ਰੋਗਰਾਮ ਖਬਰਾਂ ਸੁਣਿਆ ਕਰੋ, ਪੜ੍ਹਿਆ ਕਰੋ, ਜ਼ਰੂਰੀ ਨਹੀਂ ਸਾਨੂੰ ਹੀ ਸੁਣਨਾ, ਹੋਰ ਵੀ ਅਖਬਾਰਾਂ ਪੜ੍ਹਿਆ ਕਰੋ, ਤਾਂ ਕਿ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਕੀ ਹੋ ਰਿਹਾ ਉਹਦੇ ਬਾਰੇ ਤੁਹਾਨੂੰ ਜਿਹੜਾ ਪਤਾ ਹੋਵੇ। ਕਿਉਂਕਿ ਇੱਥੇ ਕੋਈ ਪ੍ਰੋਬਲਮ ਹੋ ਗਈ ਵਾਪਸ ਜਾਣਾ ਪਿਆ, ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ, ਆਪਾਂ ਦੇਖਿਆ ਹੀ ਆ ਪਿਛਲੇ 70 ਸਾਲਾਂ ਤੋਂ ਦੇਖ ਹੀ ਰਹੇ ਹਾਂ ਵੀ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ, ਆਪ ਹੀ ਆਪਾਂ ਨੂੰ ਕਰਨਾ ਪੈਣਾ ਹੈ ਜੀ। ਜੀ ਬਿਲਕੁਲ, ਜਿੰਨਾ ਚਿਰ ਲੀਨੀਐਂਸੀ ਲੋਕਾਂ ਨੇ ਜਿਹੜਾ ਉਸਦਾ ਫਾਇਦਾ ਜਿਹੜਾ ਉਹ ਪੂਰਾ ਜਿਹੜਾ ਚੱਕਿਆ, ਬਹੁਤ ਸਾਰੇ ਜਿਹੜੇ ਇੱਥੇ ਲੋਕ ਆ ਉਹ ਉਹਨਾਂ ਨੇ ਉਸ ਜਿਹੜੀਆਂ ਸਹੂਲਤਾਂ ਦਾ ਆਨੰਦ ਮਾਣਦੇ ਹੋਏ ਅੱਜ ਜਿਹੜੇ ਉਹ ਆਪਣੇ ਪੈਰਾਂ ਦੇ ਉੱਤੇ ਹੋਏ ਨੇ। ਪਰ ਗੱਲ ਆ ਵੀ ਜਦੋਂ ਕਾਨੂੰਨ ਜਦੋਂ ਚੇਂਜ ਹੋ ਜਾਂਦਾ ਉਦੋਂ ਚੇਂਜ ਹੋ ਹੀ ਜਾਂਦਾ। ਹਰਜਿੰਦਰ ਸਿੰਘ ਸਤਿ ਸ਼੍ਰੀ ਅਕਾਲ। ਸਵੀਰ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫੋਰ ਯੋਰ ਟਾਈਮ। ਮੈਂ ਇੱਕ ਇਨਫੋਰਮੇਸ਼ਨ ਵੈਸੇ ਤੇ ਤੁਸੀਂ ਗੱਲ ਸਾਰੇ ਠੀਕ ਹੀ ਕਰ ਰਹੇ ਹੋ ਕਿ ਮਿਸਯੂਜ਼ ਹੁੰਦਾ ਇਹ ਜਿਹੜਾ ਵੀ ਸਿਸਟਮ ਹੈਗਾ। ਇਹ ਸਟਿਕਨੈਸ ਜਿਹੜੀ ਹੈ ਇਹ ਬਹੁਤ ਪਹਿਲਾਂ ਐਪਲੀਕੇਬਲ ਹੋਣੀ ਚਾਹੀਦੀ ਸੀ, ਹੁਣ ਤੱਕ ਤੇ ਕਾਫੀ ਨੁਕਸਾਨ ਹੋ ਚੁੱਕਾ। ਇਹ ਨੁਕਸਾਨ ਇਸ ਵਜ੍ਹਾ ਨਾਲ ਹੋ ਚੁੱਕਾ ਕਿ ਜਿਹੜਾ ਸੋਸ਼ਲ ਸਿਕਿਉਰਿਟੀ ਦਾ ਪੈਸਾ ਤੁਸੀਂ ਜਿਹੜੇ ਆਪਣੇ ਕੰਮ ਕਰਦੇ ਬੰਦੇ ਉਹ ਜਮ੍ਹਾਂ ਕਰਾਉਂਦੇ ਹੋ, ਉਹ ਫਿਰ ਅਲਟੀਮੇਟਲੀ ਉਹ ਪੈਸਾ ਇੱਧਰ ਡਾਇਵਰਟ ਕਰ ਦਿੰਦੇ ਆ ਬੈਨੀਫਿਟਸ ਵਾਲੇ ਪਾਸੇ, ਤੇ ਉਹ ਜਿਹੜੇ ਐਕਚੁਅਲ ਡਿਜ਼ਰਵ ਕਰਦੇ ਆ ਬੰਦੇ ਸੋਸ਼ਲ ਸਿਕਿਉਰਿਟੀ ਉਹਨਾਂ ਨੂੰ ਇਫੈਕਟ ਪੈਂਦਾ। ਤੇ ਜਾਂ ਹੁਣ ਤੁਸੀਂ ਅੱਗੇ ਫਿਊਚਰ 'ਚ ਪੜ੍ਹਿਆ ਹੀ ਹੋਊਗਾ ਕਿ ਸੋਸ਼ਲ ਸਿਕਿਉਰਿਟੀ ਦਾ ਕੋਈ ਆਪਣੇ ਫਿਊਚਰ ਨਹੀਂ ਹੈਗਾ, 10-15 ਸਾਲਾਂ 'ਚ ਬੈਂਕਰਪਟ ਹੋ ਜਾਣੀ ਆ, ਤੁਹਾਡੇ ਬੱਚੇ ਜਿਹੜੇ ਗਾਹਾਂ ਉਹਨਾਂ ਨੂੰ ਕੁਛ ਮਿਲਣਾ ਨਹੀਂ ਹੈ ਅਜੇ। ਵੈਰੀ ਟਰੂ। ਔਰ ਬੱਚੇ ਸਾਡੇ ਚੀਜ਼ ਦੇ ਔਖੇ ਹੁੰਦੇ ਵੀ ਡੈਡੀ ਤੁਸੀਂ ਲਿਖਿਆ ਕਰੋ ਲਿਖਦੇ, ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਿਪੋਰਟ। ਮੈਂ ਹੁਣ ਰਿਟਾਇਰ ਹੋਇਆ ਸਾਹਿਬ, ਮਾਈਕਰੋਸਾਫਟ ਤੋਂ ਚੰਡੀਗੜ੍ਹ ਵੀ ਸਪੈਂਡ ਕਰਦਾ ਕਾਫੀ ਟਾਈਮ ਮਿੰਟਸ ਦੇ ਵਿੱਚ। ਉੱਥੇ ਇੱਕ ਇਨਵੈਸਟੀਗੇਸ਼ਨ ਹੋਈ ਹੈ ਕਿ ਜਿਹੜੇ ਉੱਥੋਂ ਦੇ ਸੀਨੀਅਰ ਆਫਿਸਰਸ ਹੈ ਨਾ, ਪੀ ਸੀ ਐਸ ਜਾਂ ਆਈ ਐਸ ਰੈਂਕ ਦੇ ਬੰਦੇ, ਉਹ ਬੱਚਿਆਂ ਦੇ ਕਰਕੇ ਨਾ ਬਹੁਤ ਜ਼ਿਆਦਾ ਹਾਈ ਸਕੇਲ 'ਤੇ ਉਹ ਇੱਥੇ ਇਮੀਗ੍ਰੈਂਟ ਹੋਏ ਹੋਏ, ਗ੍ਰੀਨ ਕਾਰਡ ਉਹਨਾਂ ਨੇ ਲਏ ਹੋਏ। ਦੇਖੋ ਜੀ ਉਹ ਕੀ ਕਰਦੇ ਆ, ਉਹ ਇੱਥੋਂ ਦੇ ਬੈਨੀਫਿਟ ਵੀ ਲਈ ਜਾਂਦੇ, ਬੈਠੇ ਉੱਥੇ ਜੋਬ ਕਰ ਰਹੇ ਆ, ਫੁੱਲ ਟਾਈਮ ਜੋਬ ਕਰ ਰਹੇ ਆ, ਉਹਨਾਂ ਦੀ ਪੈਨਸ਼ਨ ਆ, ਐਵਰੀਥਿੰਗ ਇਜ਼ ਦੇਅਰ ਐਂਡ ਦੇ ਆਰ ਯੂਜ਼ਿੰਗ ਆਵਰ ਸਿਸਟਮ ਹੇਅਰ। ਸੋ ਬਿਲਕੁਲ ਦੋਨੋਂ ਪਾਸੇ ਹੈ ਜੀ, ਇੱਥੇ ਵੀ ਬਹੁਤ ਨੇ ਜਿਹੜੇ ਉੱਥੇ ਦੀਆਂ ਪੈਨਸ਼ਨਾਂ ਲੈਂਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ। ਹਾਂਜੀ, ਜਿਹੜੇ ਇੱਥੇ ਵੀ ਸਿਟੀਜ਼ਨ ਬਣੇ ਆ ਨਾ ਉਹ ਇੰਡੀਆ ਵਾਲੀ ਪੈਨਸ਼ਨ ਵੀ ਨਹੀਂ ਛੱਡਣਾ ਚਾਹੁੰਦੇ ਵੀ ਮੈਂ ਜੀ ਉੱਥੇ ਦੀ ਛੱਡਣਾ ਚਾਹੇ, ਹੈ ਨਾ। ਅਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਆ। ਸੋ ਐਕਚੁਅਲ ਕੀ ਆ ਰਾਜਕਰਨਵੀਰ ਸਿੰਘ ਜੀ, ਵੀ ਜਿਹੜੇ ਆਪਾਂ ਇੱਥੇ ਬਹੁਤ ਸਾਰੇ ਮੈਂ ਦੇਖਦਾ ਵੀ ਜਿਹੜਾ ਰੂਲ ਜਿਵੇਂ ਪੜ੍ਹਾ ਨਾ, ਇੱਕ ਵੀ ਆਪਣੀ ਕਮਿਊਨਿਟੀ ਦੀ ਜੇ ਗੱਲ ਕਰੀਏ, ਆਪਣਾ ਕਮਿਊਨਿਟੀ ਦਾ ਇੱਕ ਵੀ ਪੰਜਾਬੀ ਬੰਦਾ ਜਿਹੜਾ ਉਹ ਕੁਆਲੀਫਾਈ ਨਹੀਂ ਕਰ ਸਕਦਾ। ਕਿਉਂਕਿ ਕਹਿੰਦੇ ਜੇ ਵਰਲਡ ਦੇ ਵਿੱਚ ਪੂਰੀ ਦੁਨੀਆ 'ਚ ਤੁਹਾਡੇ ਕੋਲ $2,000 ਤੋਂ ਵੱਧ ਦੀ ਇਨਕਮ ਹੈਗੀ ਆ ਅਤੇ ਤੁਸੀਂ ਇੱਥੋਂ ਵੈਲਫੇਅਰ ਵਾਲਾ ਇਨਕਮ ਨਹੀਂ ਲੈ ਸਕਦੇ, ਅਤੇ ਮੈਨੂੰ ਲੱਗਦਾ ਨਹੀਂ ਪੂਰੀ ਦੁਨੀਆ 'ਚ ਕੋਈ ਪੰਜਾਬੀ ਹੋਊਗਾ ਜਿਹਦੀ ਜਿਹਦੇ ਕੋਲ ਪ੍ਰੋਪਰਟੀ $2,000 ਤੋਂ ਘੱਟ ਹੋਊਗੀ। ਸੋ ਇਹ ਭਾਈ ਸਾਹਿਬ ਬਿਲਕੁਲ ਸਹੀ ਕਹਿ ਕੇ ਗਏ ਆ। ਸੋ ਕਈਆਂ ਨੂੰ ਮੈਂ ਦੱਸਿਆ ਵੀ ਜਿਸ ਤਰ੍ਹਾਂ ਭਈ ਬਹੁਤ ਹੀ ਜ਼ਰੂਰਤ ਹੁੰਦੀ ਆ, ਪਰ ਜਦੋਂ ਮਿਸਯੂਜ਼ ਹਰ ਕੋਈ ਕਰਨ ਲੱਗ ਪਿਆ ਤਾਂ ਫਿਰ ਉਹਦੇ ਨਾਲ ਪ੍ਰੋਬਲਮ ਆਉਂਦੀ ਆ। ਜੀ ਜੀ, ਲੋੜਵੰਦ ਵੀ ਜਿਹੜੇ ਉਹ 'ਚ ਰਗੜ ਹੁੰਦੇ ਨੇ। ਗੁਰਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਾੜਾ ਜਿਹਾ ਕੁਛ ਕਹਿਣਾ ਸੀ ਇਸ ਬਾਰੇ, ਤੁਸੀਂ ਤੁਹਾਡੇ ਵੈਸੇ ਠੀਕ ਕਰ ਰਹੇ, ਸਾਰਾ ਕੁਛ ਦੱਸ ਹੀ ਦਿੱਤਾ ਇੱਦਾਂ ਕਿੱਦਾਂ ਬੈਨੀਫਿਟ ਲੈ ਕੇ ਅਤੇ ਐਕਸਪਲੋਇਟ ਕਰਦੇ ਸਾਰੇ ਜੀ। ਇਹਦੇ ਵਿੱਚ ਜਿੱਦਾਂ ਜਿਹੜੇ ਜਿਹੜੇ ਗੋਰੇ ਵੀ ਆ, ਬਿਲਕੁਲ 15 ਤੋਂ 20 ਤੱਕ ਲੋਕੀ ਗੋਰੇ ਜਾਂ ਬੁੜੀਆਂ, ਗੋਰੇ ਜਾਂ ਗੋਰੀਆਂ ਮੈਨੂੰ ਹੀ ਜਾਣਦੇ ਸਿਰ। ਉਹ ਮੈਂ ਪਹਿਲਾਂ 2 ਐਕਸਾਂ ਦੇ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਤੇ ਮੈਂ ਐਕਸਾਂ ਜਿਹੜੀ ਮੇਨ ਜੋਬ ਮੇਰੀ ਉਹ ਮੈਂ ਕਰਦਾ ਹਾਲੇ ਵੀ ਕਸੀਨੋ ਵਿੱਚ। ਉਹ ਜਦੋਂ
ਸ਼ਾਮ ਨੂੰ ਓਹੀ ਕਸੀਨੋ ਚ ਹੁੰਦੇ, ਓਹੀ ਗੋਰੇ ਕੈਸ਼ ਤੇ ਕੰਮ ਕਰਦੇ, ਗੋਰੀਆਂ ਓਹੀ ਜੀ ਸਾਰਾ ਜਿਹੜਾ ਇਹ ਕਰਨ ਲੱਗੇ ਐਕਸਪਲੋਰ ਹੈਗਾ ਤਾਂ ਏਦਾਂ ਮਜੋਰਟੀ ਤਾਂ ਉਹੀ ਨੇ ਜੀ, ਕਿਉਂਕਿ ਉਹਨਾਂ ਦੀ ਜਨਸੰਖਿਆ ਵੀ ਜ਼ਿਆਦਾ ਹੈ ਤੇ ਮਜੋਰਟੀ ਜਿਹੜਾ ਮਿਸਯੂਜ਼ ਉਹੀ ਕਰਦੇ ਨੇ, ਪਰ ਇਹ ਆ ਵੀ ਯੂਜ਼ ਕਰਦੇ ਨੇ ਜਿਹੜੇ ਜਿਹੜੇ ਕਹਿ ਲਓ ਵੀ ਜਿਹੜੇ ਇਮੀਗ੍ਰੈਂਟਸ ਜਿਹੜੇ ਹੈਗੇ ਨੇ, ਹੈ ਤਾਂ ਉਹ ਵੀ ਯੂਰੋਪੀਅਨ ਅਮੈਰੀਕਨਸ ਹੀ ਆ ਵੀ ਯੂਰਪ ਤੋਂ ਆ ਕੇ ਇੱਥੇ ਵਸੇ ਨੇ, ਕਿਸੇ ਦੇ ਕੋਈ ਤਿੰਨ ਕਿਸੇ ਦੀਆਂ ਪੁਸ਼ਤਾਂ ਪਹਿਲਾਂ ਆਈਆਂ, ਕਿਸੇ ਦੀਆਂ ਚਾਰ ਆਈਆਂ, ਕਿਸੇ ਦੀਆਂ ਦੋ ਆਈਆਂ ਆ, ਆਏ ਤਾਂ ਉਹ ਵੀ ਆਪਣੇ ਵਾਂਗੂ ਹੀ ਆ ਸਾਰੇ ਜਾਣੇ, ਹੌਲੀ ਹੌਲੀ ਉਹਨਾਂ ਨੇ ਸਿਸਟਮ ਯੂਜ਼ ਅਬਿਊਜ਼ ਕਰਦੇ ਹੋਏ ਅੱਜ ਜਿਹੜੇ ਉਹਨਾਂ ਨੇ ਅੰਪਾਇਰ ਜਿਹੜੇ ਆ ਸਾਰਿਆਂ ਨੇ ਖੜੇ ਕੀਤੇ ਹੋਏ ਆ। ਸੋ ਬਿਲਕੁਲ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਬੰਦਿਆਂ ਨੂੰ ਯੂਜ਼ ਕਰਨਾ ਚਾਹੀਦਾ, ਮੈਂ ਜੇ ਰਫਲੀ ਆਪਾਂ ਐਸਟੀਮੇਟ ਦੱਸਦੇ ਜਾਈਏ ਰਾਜਕਨਵੀਰ ਸਿੰਘ, ਜਿਹੜਾ ਸਨੈਪ ਪ੍ਰੋਗਰਾਮ ਆ ਫੂਡ ਸਟੈਂਪ ਵਾਲਾ, 40 million ਲੋਕ ਅਮੈਰੀਕਨ ਅੱਜ ਦੀ ਡੇਟ ਦੇ ਵਿੱਚ ਇਹਨੂੰ ਯੂਜ਼ ਕਰਦੇ ਆ। ਕਹਿੰਦੇ ਵੀ 9.2% ਅਮੈਰੀਕਨ ਹਾਊਸ ਹੋਲਡ ਜਿਹੜੇ ਆ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਸਨੈਪ ਬੈਨੀਫਿਟ ਲਿਆ ਹੈਗਾ 2017 ਦੇ ਵਿੱਚ, ਅਤੇ ਇਹਦੇ ਵਿੱਚੋਂ 16.7% ਜਿਹੜੇ ਆ ਉਹ ਬੱਚੇ ਜਿਹੜੇ ਆ 18 ਸਾਲ ਤੋਂ ਥੱਲੇ ਉਹਨਾਂ ਦੇ ਲਈ ਹੈਗਾ ਆ। ਅਤੇ ਸੋ ਗੱਲ ਇਹੀ ਹੈਗੀ ਆ ਵੀ ਹੁਣ ਪਿਛਲੀਆਂ ਕਿੰਨੀਆਂ ਸ਼ੂਟਿੰਗ ਹੋਈਆਂ, ਜਿਹੜੇ ਗੋਰਾ ਕਰਦੇ ਆ ਅਤੇ ਫਿਰ ਮੈਂਟਲ ਆ, ਅਤੇ ਜਦੋਂ ਕੋਈ ਹੋਰ ਕਮਿਊਨਿਟੀ ਦਾ ਕਰਦਾ ਫਿਰ ਟੈਰਰਿਸਟ ਆ। ਸੋ ਆਹ ਹੀ ਫਰਕ ਹੁੰਦਾ ਕਿਉਂਕਿ ਇਹਨਾਂ ਨੇ ਆਪਣਿਆਂ ਨੂੰ ਜਿਹੜਾ ਬਚਾਉਣਾ ਹੀ ਬਚਾਉਣਾ ਆ। ਸੋ ਇਹ ਵੋਟਰ ਦਾ ਜਿਹੜਾ ਇਹ ਮੁੱਦਾ ਆ, ਵੋਟਿੰਗ ਦਾ ਜਿਹੜਾ ਮੁੱਦਾ ਆ, ਆਪ ਆਟਾ ਦਾਲਾ ਸਕੀਮਾਂ ਜਿਹੜੀਆਂ ਇਹਨਾਂ ਨੇ ਲਾਈਆਂ ਆ, ਹੁਣ ਜਦੋਂ ਲੋਕ ਉਸ ਦੇ ਉੱਤੇ ਲੱਗ ਗਏ ਆ, ਵੈਲਫੇਅਰ ਦੇ ਉੱਤੇ ਲੱਗ ਗਏ ਆ, ਅਤੇ ਹੁਣ ਕਹਿੰਦੇ ਵੀ ਇਹ ਕਿਉਂ ਲਾਈਆਂ ਆ। ਸੋ ਗੱਲ ਇਹ ਆ ਵੀ ਰਾਜਕਨਵੀਰ ਸਿੰਘ ਜੀ, ਆਪਾਂ ਐਕਟਿਵ ਨਹੀਂ ਹੁੰਦੇ, ਆਪਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਵੀ ਐਕਟਿਵ ਹੋ ਐਕਟਿਵ ਹੋ। ਜਦੋਂ ਤੁਸੀਂ ਸਿਟੀਜ਼ਨ ਬਣਦੇ ਨਹੀਂ, ਸਿਟੀਜ਼ਨ ਬਣ ਕੇ ਵੋਟ ਪਾਉਂਦੇ ਨਹੀਂ, ਫਿਰ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਆਪਾਂ ਦੇਖਿਆ ਨਾ ਕਿਸ ਤਰ੍ਹਾਂ ਇੱਕ ਸੈਨੇਟਰ ਨੇ ਚਿੱਠੀ ਲਿਖੀ ਆ ਮਾਈਕ ਪੋਂਪੀਓ ਨੂੰ, ਪਹਿਲਾਂ ਲਿਖੀ ਵੀ ਕਸ਼ਮੀਰ 'ਚ ਇੰਨਾ ਜ਼ੁਲਮ ਹੋ ਰਿਹਾ ਤੁਸੀਂ ਬੋਲੋ, ਮੁੜ ਕੇ ਜਿਹੜੇ RSS ਵਾਲੇ ਆ ਜਾਂ ਹੋਰ ਕਈ ਹਿੰਦੂ ਕਮਿਊਨਿਟੀ ਦੇ ਬੰਦੇ ਆ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ, ਉਹਨੂੰ ਅਪੋਲੋਜੀ ਮੰਨਣੀ ਪਈ ਆ। ਇਹ USA ਦੀ ਗੱਲ ਦੱਸ ਰਿਹਾ ਮੈਂ, ਚਿੱਠੀ ਵਾਪਸ ਲਈ ਆ ਅਤੇ ਨਾਲੇ ਉਹਨੇ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਬਾਅਦ 'ਚ ਮਾਫ਼ੀ ਵੀ ਮੰਗੀ ਹੈ। ਟੌਮ ਕਰਕੇ ਜਿਹੜਾ ਰਿਪ੍ਰੈਜੈਂਟੇਟਿਵ US ਕਾਂਗਰਸ ਦੇ ਵਿੱਚ ਹੈਗਾ ਆ, ਅਤੇ ਉਸਨੇ ਜਿਹੜੀ ਉਹ ਚਿੱਠੀ ਉਹ ਲਿਖੀ ਸੀਗੀ। ਸੋ ਉਹਨੇ ਜਿਹੜੇ ਬਾਅਦ ਦੇ ਵਿੱਚ ਮਾਫ਼ੀ ਮੰਗੀ, ਕਹਿੰਦਾ ਮੈਨੂੰ ਆਪਣੇ ਕੁਛ ਅਮਰੀਕਨ ਇੰਡੀਅਨ ਅਮੈਰੀਕਨ ਫਰੈਂਡਸ ਨੂੰ ਜਿਹੜਾ ਪਹਿਲੋਂ ਪੁੱਛਣਾ ਚਾਹੀਦਾ ਸੀ ਇੱਦਾਂ ਦਾ ਜਿਹੜਾ ਬਿਆਨ ਆ, ਅਤੇ ਚਿੱਠੀ ਜਿਹੜੀ ਸਟੇਟ ਡਿਪਾਰਟਮੈਂਟ ਨੂੰ ਲਿਖਣ ਤੋਂ। ਸੋ ਦੇਖੋ ਅਗਲੇ ਕਿੰਨੇ ਐਕਟਿਵ ਹੋਏ ਆ। ਹੁਣ ਆਪਾਂ ਆ ਵੀ ਆਪਾਂ ਇੱਧਰ ਧਿਆਨ ਨਹੀਂ ਦਿੰਦੇ, ਗੁਰਦੁਆਰੇ ਦਾ ਸੀਮਤ ਆ ਜੀ, ਸਾਰਾ ਜ਼ੋਰ ਜਾਂ ਗੁਰਦੁਆਰਿਆਂ ਤੇ ਜਾਂ ਫਿਰ ਉੱਥੇ ਬਾਦਲ ਤੇ ਪੰਜਾਬ ਤੇ ਇੰਡੀਆ ਤੇ ਲੱਗਾ ਹੁੰਦਾ, ਜਿੱਥੇ ਰਹਿੰਦੇ ਆ ਆਪਾਂ ਪਾਰਟਿਸਿਪੇਟ ਨਹੀਂ ਕਰਦੇ। ਜੇ ਇਹ ਕੰਮ ਰਿਹਾ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਹੁਤ ਮੁਸ਼ਕਲਾਂ ਆਉਣੀਆਂ, ਬਹੁਤ ਸਾਰੇ ਲੋਕ ਜਿੱਦਾਂ ਹਰਜਿੰਦਰ ਹੁਣੀ ਦੱਸ ਕੇ ਗਏ ਕਿ ਇਹਨੂੰ ਪਤਾ ਹੀ ਨਹੀਂ ਹੋਣਾ ਵੀ ਸੋਸ਼ਲ ਸਿਕਿਉਰਿਟੀ ਬੈਂਕਰਪਟ ਹੋਣ ਵਾਲੀ ਹੈ ਜੀ, ਵੀ ਉਹਦੇ ਹਾਲ ਕਿੰਨੇ ਜਿਹੜੇ ਮੰਦੇ ਚੱਲਦੇ ਆ, ਵੀ ਜਿਹੜੀਆਂ ਕਹਿ ਲਓ ਵੀ ਲੰਗੜਿਆਂ ਵਾਂਗੂ ਜਿਹੜੀ ਹੌਲੀ ਹੌਲੀ ਰਿੜਦੀ ਜਿਹੜੀ ਗਾਂਹ ਵੱਧ ਰਹੀ ਆ, ਵੀ ਜਿਨ੍ਹਾਂ ਨੇ 40-40 ਸਾਲ ਕੰਮ ਕੀਤਾ, 20-30 ਸਾਲ ਕੰਮ ਕੀਤਾ, ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਜੁੜਨਾ ਹੈ, ਵੀ ਬਾਅਦ 'ਚ ਮਿਲਣਾ ਵੀ ਆ ਕੁਛ, ਪੈਨਸ਼ਨ ਕੋਈ ਲੱਗਣੀ ਆ, ਕੁਛ ਸੋਸ਼ਲ ਸਿਕਿਉਰਿਟੀ ਲੱਗੂਗੀ। ਇੱਥੇ ਕੀ ਆ 70-80% ਜਿੰਨੇ ਵੀ ਆਪਣੇ ਲੋਕ ਇੰਪਲਾਈ ਹੈਗੇ ਉਹ ਪ੍ਰਾਈਵੇਟ ਕੰਪਨੀਆਂ 'ਚ ਹੀ ਆ, ਕੋਈ ਗਵਰਨਮੈਂਟ ਦੇ ਬਹੁਤ ਘੱਟ ਜੋਬ ਕਰਦੇ ਆ। ਸੋ ਪ੍ਰਾਈਵੇਟ ਕੰਪਨੀਆਂ 'ਚ ਤੁਹਾਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਹੈਗੀ, ਸੋਸ਼ਲ ਸਿਕਿਉਰਿਟੀ ਹੁੰਦੀ ਆ ਵੀ ਚਲੋ ਬੰਦੇ ਨੇ ਰਿਟਾਇਰ ਹੋਣਾ, ਹੁਣ ਪੈਸੇ ਮਿਲੂਗੇ, ਅਤੇ ਉਹ ਜੇ ਸੋਸ਼ਲ ਸਿਕਿਉਰਟੀ ਬੈਂਕਰਪਟ ਹੋਜੂਗੀ ਤਾਂ ਫਿਰ ਤੁਸੀਂ ਕੀ ਕਰੋਗੇ, ਹੈ ਨਾ ਜੀ। ਸੋ ਧਿਆਨ ਜਿਹੜਾ ਸਾਰੇ ਪਾਸੇ ਜਿਹੜਾ ਤੁਹਾਨੂੰ ਰੱਖਣਾ ਚਾਹੀਦਾ। ਰਿਸੈਸ਼ਨ ਦੇ ਜਿਹੜੇ ਆ ਉਹ ਉਹਨਾਂ ਨੇ ਦੱਸੇ ਨੇ ਕੁਛ ਵੀ ਉਸ ਪਾਸੇ ਵੱਲ ਨੂੰ ਜਿਹੜਾ ਇਕਨੋਮੀ ਜਿਹੜੀ ਉਹ ਵੱਧ ਸਕਦੀ ਆ, ਇਹ ਗਰੰਟੀ ਨਹੀਂ ਆ, ਪਰ ਉਹ ਕਹਿੰਦੇ ਵੀ ਕੁਛ ਇੱਦਾਂ ਦੇ ਸਿਮਟਮ ਜਿਹੜੇ ਉਹਦੇ ਨਜ਼ਰ ਆਏ ਆ। ਦੂਜੇ ਪਾਸੇ ਜਿਹੜੇ ਇਮੀਗ੍ਰੇਸ਼ਨ ਦਾ, ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਇੱਥੇ ਇਮੀਗ੍ਰੇਸ਼ਨ ਦੇ ਬੇਸ 'ਤੇ ਹੀ ਵਸੀ ਆ, ਅਤੇ ਉਹ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸਖਤ ਜਿਹੜਾ ਉਸ ਦੇ ਵਿੱਚ ਉਹ ਕਰ ਰਹੇ ਆ, ਜਿਹਦੇ ਕਰਕੇ ਆਪਣੀ ਕਮਿਊਨਿਟੀ ਦੇ ਉੱਤੇ ਡੈਫੀਨੇਟਲੀ ਇਸ ਦਾ ਅਸਰ ਪੈਣਾ ਹੀ ਪੈਣਾ। ਬਹੁਤ ਸਾਰੇ ਜਿਹੜੇ ਲੋਕ ਜਿਹੜੇ ਰਾਈਟ ਨਾਓ ਐਲੀਜੀਬਲ ਹੋ ਰਹੇ ਨੇ ਗ੍ਰੀਨ ਕਾਰਡ ਦੇ ਲਈ, ਉਹ ਇਹਨਾਂ ਚੀਜ਼ਾਂ ਦੇ ਕਰਕੇ, ਇਹਨਾਂ ਪ੍ਰੋਗਰਾਮਸ ਦੇ ਕਰਕੇ, ਜਿਹੜਾ ਕੋਈ ਜਿਹਨੂੰ ਜ਼ਰੂਰਤ ਨਹੀਂ, ਜੇ ਉਹ ਧੱਕੇ ਦੇ ਨਾਲ ਕਿਸੇ ਦੇ ਕਹੇ ਦੇ ਉੱਤੇ ਖੂਜ ਛਾਲ ਮਾਰ ਰਿਹਾ ਆ, ਅਤੇ ਉਹਨੂੰ ਫਿਰ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ 'ਚ ਆਉਣੀ ਹੈਗੀ ਆ। ਲੋੜਵੰਦ ਲਈ ਛੱਡੋ ਇਹ ਸਾਰੀਆਂ ਚੀਜ਼ਾਂ, ਜੇ ਤੁਸੀਂ ਆਪਣਾ ਕਰ ਸਕਦੇ ਹਾਂ ਤਾਂ ਉਹ ਜਿਹੜਾ ਤੁਸੀਂ ਕਰੋ, ਲੋੜਵੰਦ ਨੂੰ ਜਿਹੜੀ ਇਹ ਜਿਸ ਚੀਜ਼ ਦੇ ਲਈ ਬਣਿਆ ਬਣਿਆ। ਹਾਂ ਡੈਫੀਨੇਟਲੀ ਹੁਣ ਤਾਂ ਇਹ ਚੀਜ਼ ਗਲਤ ਲੱਗਦੀ ਆ ਵੀ ਇਮੀਗ੍ਰੈਂਟਸ ਦੇ ਉੱਤੇ ਧੱਕੇ ਦੇ ਨਾਲ ਜਿਹੜਾ ਇਹ ਜਿਹੜਾ ਕਾਨੂੰਨ ਆ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਉਹ ਹੁਣ ਲਾਇਆ ਜਾ ਰਿਹਾ ਹੈ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਅੱਜ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ, ਆਵਰ ਆਫ ਸਰਵਿਸ ਦੀ ਚੇਂਜਸ ਜਿਹੜੀ ਹੈਗੀ ਆ ਅਨਾਊਂਸ ਹੋਣੀ ਹੈਗੀ ਆ, ਅਤੇ ਕੱਲ੍ਹ ਨੂੰ ਪੰਜਾਬੀ ਰੇਡੀਓ USA ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ ਹੈਗਾ ਆ 9 ਵਜੇ ਤੋਂ ਲੈ ਕੇ 10 ਵਜੇ ਤਾਈਂ, ਉਹਦੇ ਵਿੱਚ ਕੀ ਚੇਂਜਸ ਹੋਈਆਂ ਆਵਰਸ ਆਫ ਸਰਵਿਸ ਦੇ ਵਿੱਚ ਉਹ ਆਪਾਂ ਡਿਸਕਸ ਕਰਾਂਗੇ। ਸੋ ਜਿੰਨੇ ਵੀ ਟਰੱਕਰ ਵੀਰ ਆ, ਟਰੱਕਾਂ ਵਾਲਿਆਂ ਦੇ ਪਰਿਵਾਰ ਆ, ਕੱਲ੍ਹ ਵਾਲਾ ਪ੍ਰੋਗਰਾਮ ਜ਼ਰੂਰ ਧਿਆਨ ਨਾਲ ਸੁਣਿਓ।
ਕਰਦੀਆਂ ਹੈਗੀਆਂ ਜੀ ਜੀ ਸੋ ਜ਼ਰੂਰ ਆਪਾਂ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦੇਵਾਂਗੇ ਹੁਣ ਇਜਾਜ਼ਤ ਲੈਂਦੇ ਹਾਂ ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ ਹੁੰਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਟੀ ਆ। ਹਰ ਤਰ੍ਹਾਂ